जुग हौ जुग अटल चावर शतर तखत दे मालक राजान राज पहनान पहान देवान देव उपमा महान शब्द गुरु धन धन साहिब श्री गुरु ग्रंथ साहिब महाराज जी दी पावन पवित्र निघी हजूरी दा जुड़ मिल बैठ आनंद माण रहे गुरु प्यार वाले सतसंगी जनों वडभागी हो अपने जीवन विच्चों कुछ समा साहिबां दी हजूरी विच बैठ के बतीत कर रहे हो ते भाई गुरदास ने बख्शिश कीती है कहंदे ने मनुख चार दिना दा भी जे भुखा है ते घर आके रसोई विच्चों कुछ कु मिनट लगा के कुछ कु समा लगा के भोजन छक लवे ते कई दिना दी भुख उदी थोड़े समय विच ही मिट जांदी है। इसे प्रकार नाल जे जीव नू नाम दी प्यास अनंत जन्मा दी है ते कुछ कु समा गुरु की संगत करके इसनू ओ दात मिल सकती है। धन धन श्री गुरु तेग बहादुर साहिब जी महाराज तिना दा पावन शहादत दिहाड़ा आप गुरु कियां संगतां बड़े प्रेम अते बैराग विच मना रहे हो। आओ जिथे दास तो पहला भाई साहब भाई हरचरण सिंह जी पटना साहिब वाले
ਰਸ ਭਿੰਨਾ ਕੀਰਤਨ ਸਰਵਣ ਕਰਾ ਰਹੇ ਸਨ। ਉਪਰੰਤ ਬੱਚੀ ਨੇ ਬਹੁਤ ਹੀ ਪ੍ਰੇਮ ਵਿੱਚ ਔਰ ਬਹੁਤ ਹੀ ਜੁੜ ਕੇ ਗੁਰਬਾਣੀ ਦਾ ਕੀਰਤਨ ਆਪ ਜੀਆਂ ਨੂੰ ਸਰਵਣ ਕਰਾਇਆ ਹੈ। ਆਓ ਜਿਤਨੇ ਵੀ ਸਰੀਰ ਜੁੜ ਮਿਲ ਬੈਠੇ ਹੋ, ਮਨ ਬਿਰਤੀਆਂ ਕਰੋ ਇਕਾਗਰ। ਗੁਰਮਤ ਵਿਚਾਰ ਆਰੰਭਣ ਤੋਂ ਪਹਿਲਾਂ ਸਾਹਿਬ ਜੀ ਨੂੰ ਝੁਕਾਓ ਸ਼ੀਸ਼, ਪ੍ਰੇਮ ਅਤੇ ਸਤਿਕਾਰ ਨਾਲ। ਨਾਸਰੋ ਮਨਸੂਰ ਏਜ ਦੀ ਮਨਜ਼ੂਰ, ਹੱਕ ਰਾਹ ਗੰਜੂਰ ਜੁਮਲਾ ਫੈਜ਼ ਨੂਰ। ਹੱਕ ਹੱਕ ਆਗਾਹ ਸ਼ਾਹੇ ਸ਼ਹਿਨਸ਼ਾਹ, ਹੱਕ ਹੱਕ ਅੰਦੇਸ਼ ਬਾਦਸ਼ਾਹ ਦਰਵੇਸ਼। ਖਾਲ ਸੋਬੇ ਕੀਨਾ ਹੱਕ ਹੱਕ ਆਈਨਾ, ਕਾਦ ਰੇਹਰ ਕਾਰ ਬੇਕਸ਼ਾਰਾ ਯਾਰ। ਦੁਸ਼ਟ ਦਮਨ ਆਪੇ ਗੁਰ ਚੇਲਾ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਕਲਗੀਧਰ ਪਿਤਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਉਹ ਗੁਰੂ ਜਿਸ ਗੁਰੂ ਨੇ ਆਪਣੇ ਜੀਵਨ ਦੇ ਅੰਦਰ ਇੱਕ ਨਹੀਂ ਦੋ ਨਹੀਂ ਸਗੋਂ 85,000 ਮੀਲ ਦਾ ਸਫ਼ਰ ਤੈਅ ਕਰਕੇ ਕੇਵਲ ਇੱਕ ਗੱਲ 'ਤੇ ਜ਼ੋਰ ਦਿੱਤਾ ਕਿ ਜਿਵੇਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਬਾਕੀ ਕਿਸੇ ਧਰਮ ਦੇ ਅੰਦਰ ਇਹ ਤਿੰਨੇ ਦਾਤਾਂ ਕਿਸੇ ਦੀ ਝੋਲੀ ਵਿੱਚ ਨਹੀਂ। ਜਾਂ ਤਾਂ ਮਨੁੱਖ ਕਿਰਤ ਵਿੱਚ ਇਤਨਾ ਡੁੱਬ ਜਾਂਦਾ ਹੈ ਕਿ ਆਪ ਆਪਣੇ ਜੀਵਨ ਨੂੰ ਕੇਵਲ ਕੰਮ ਕਾਰ ਨਾਲ ਹੀ ਜੋੜ ਕੇ ਰੱਖਦਾ ਹੈ, ਜਾਂ ਫਿਰ ਬੰਦਾ ਇੰਨਾ ਸੰਨਿਆਸੀ ਹੋ ਜਾਂਦਾ ਹੈ ਕਿ ਆਪਣੇ ਘਰ ਬਾਰ ਨੂੰ ਛੱਡ ਦਿੰਦਾ ਹੈ। ਧੰਨ ਗੁਰੂ ਨਾਨਕ ਬਾਬਾ ਜੀ ਦਾ ਉਹ ਪੈਗਾਮ, ਉਹ ਧਰਮ ਹੈ ਜਿਸ ਦੇ ਅੰਦਰ ਸਿੱਖ ਨੇ ਕਿਰਤ ਵੀ ਕਰਨੀ ਹੈ ਔਰ ਜਿਸ ਦੇ ਅੰਦਰ ਸਿੱਖ ਨੇ ਨਾਮ ਵੀ ਜਪਣਾ ਹੈ। ਔਰ ਜਦੋਂ ਨਾਮ ਜਪ ਲਵੇ, ਕਿਰਤ ਕਰ ਲਵੇ ਤੇ ਬਾਬੇ ਨੇ ਬਖਸ਼ਿਸ਼ ਕੀਤੀ, ਜਿਹੜੀ ਕਿਰਤ ਕੀਤੀ ਹੈ ਉਸ ਦਾ ਵੀ ਦਸਵੰਧ ਕੱਢ ਕੇ ਤੂੰ ਵੰਡਣਾ ਸਿੱਖ, ਤੇ ਜਿਹੜਾ ਨਾਮ ਜਪਿਆ ਹੈ ਇਸ ਨਾਮ ਨੂੰ ਆਪ ਵੀ ਜਪ ਅਤੇ ਦੂਜਿਆਂ ਨੂੰ ਵੀ ਜਪਾ। ਜਿਹੜਾ ਵੰਡ ਛਕੋ ਸ਼ਬਦ ਹੈ ਉਹ ਕਿਰਤ ਨਾਲ ਵੀ ਜੁੜੇਗਾ, ਉਹ ਨਾਮ ਨਾਲ ਵੀ ਜੁੜੇਗਾ। ਜਿੱਥੇ ਸਿੱਖ ਨੇ ਟਕਿਆਂ ਨੂੰ ਵੰਡਣਾ ਹੈ ਉੱਥੇ ਸਿੱਖ ਨੇ ਗੁਰੂ ਕੇ ਨਾਮ ਨੂੰ ਵੀ ਲੋਕਾਂ ਅੰਦਰ ਵੰਡਣਾ। ਧੰਨ ਧੰਨ ਉਹ ਪਿਤਾ ਤੇ ਧੰਨ ਧੰਨ ਉਹ ਮਾਂ, ਧੰਨ ਧੰਨ ਉਹ ਕੁੱਲ, ਧੰਨ ਧੰਨ ਉਹ ਅਸਥਾਨ ਜਿੱਥੇ ਬਾਬਾ ਨਾਨਕ ਜੀ ਦਾ ਆਗਮਨ ਹੋਇਆ। ਮਹਿਤਾ ਕਾਲੂ ਦਾਸ ਜੀ, ਮਾਤਾ ਤ੍ਰਿਪਤਾ ਜੀ ਤੇ ਅਸਥਾਨ ਰਾਏ ਭੋਏ ਦੀ ਤਲਵੰਡੀ, ਜਿਸ ਵੇਲੇ ਬਾਬਾ ਨਾਨਕ ਜੀ ਦੇ ਪਿਤਾ ਦੇ ਕੋਲ ਅਜੇ ਕੇਵਲ ਭੈਣ ਨਾਨਕੀ ਹੈ ਤੇ ਜਿਸ ਵੇਲੇ ਬਾਬਾ ਨਾਨਕ ਜੀ ਦਾ ਪ੍ਰਕਾਸ਼ ਅਜੇ ਉਦਰ ਵਿੱਚ ਹੋਇਆ ਹੈ ਤੇ ਇਤਿਹਾਸ ਕਹਿੰਦਾ ਹੈ ਮਾਤਾ ਤ੍ਰਿਪਤਾ ਜੀ ਦੇ ਹਾਓ ਭਾਓ ਸਭ ਕੁਝ ਬਦਲ ਗਿਆ ਸੀ। ਹਰ ਵੇਲੇ ਉਹਨਾਂ ਦੇ ਚਿਹਰੇ ਤੇ ਇੱਕ ਨੂਰ ਹੋਣਾ ਤੇ ਪਿੰਡ ਦੀਆਂ ਬੀਬੀਆਂ ਨੇ ਕਹਿਣਾ ਕਿ ਤ੍ਰਿਪਤਾ, ਜਦੋਂ ਦਾ ਦੂਜਾ ਬੱਚਾ ਤੇਰੇ ਅੰਦਰ ਟਿਕਿਆ ਹੈ ਉਦੋਂ ਦੀਆਂ ਤੇਰੀਆਂ ਗੱਲਾਂ ਹੀ ਸਾਰੀਆਂ ਬਦਲ ਗਈਆਂ ਨੇ। ਕਿਉਂਕਿ ਗੁਰਮੁਖੋ, ਕੋਟ ਬ੍ਰਹਿਮੰਡ ਦਾ ਮਾਲਕ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਆਉਣ ਲੱਗਿਆ ਹੈ
ਤੇ ਸਾਹਿਬ ਕਹਿੰਦੇ ਨੇ ਉਹ ਹਿਰਦਾ ਕਿਉਂ ਨਾ ਪਵਿੱਤਰ ਹੋ ਜੇ ਜਿੱਥੇ ਮੇਰੇ ਗੁਰੂ ਨੇ ਆਪ ਆ ਕੇ ਟਿਕਾਣਾ ਕਰ ਲਿਆ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿਸ ਵੇਲੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਧੰਨ ਧੰਨ ਬਾਬਾ ਨਾਨਕ ਜੀ ਦਾ ਆਗਮਨ ਹੋਣ ਵਾਲਾ ਸੀ, ਉਸ ਤੋਂ 15 ਕੁ ਦਿਨ ਪਹਿਲਾਂ ਅੱਜ ਮਹਿਤਾ ਕਾਲੂ ਜੀ ਉਸ ਬੀਬੀ ਕੋਲ ਗਏ ਨੇ, ਜਿਸ ਬੀਬੀ ਦਾ ਨਾਮ ਦੌਲਤਾਂ ਦਾਈ ਹੈ। ਕਿਉਂਕਿ ਉਸ ਜ਼ਮਾਨੇ ਅੰਦਰ ਕੋਈ ਹਸਪੀਟਲ ਨਹੀਂ, ਕੋਈ ਹਸਪਤਾਲ, ਕੋਈ ਵੱਡੇ ਡਾਕਟਰ ਨਹੀਂ। ਆਮ ਕਰਕੇ ਪਿੰਡਾਂ ਅੰਦਰ ਜਿਹੜਾ ਵੀ ਬੱਚਾ ਜੰਮਦਾ ਸੀ ਉਹਨੂੰ ਇੱਕ ਪਿੰਡ ਦੀ ਬੀਬੀ ਜਿਸਨੂੰ ਦਾਈ ਬੋਲਿਆ ਜਾਂਦਾ ਹੈ ਉਸ ਦੇ ਰਾਹੀਂ ਬੱਚੇ ਦਾ ਆਗਮਨ ਹੁੰਦਾ ਸੀ। ਅੱਜ ਮਹਿਤਾ ਕਾਲੂ ਜੀ ਪਹੁੰਚੇ ਨੇ ਅਤੇ ਉਹਨਾਂ ਸ਼ਬਦ ਕਿਹਾ, ਕਹਿਣ ਲੱਗੇ, ਦਾਈ ਦੇਖ ਭਗਵਾਨ ਦੀ ਕਿਰਪਾ ਹੋਣ ਵਾਲੀ ਹੈ, ਸਾਡੇ ਘਰ ਪਹਿਲੀ ਧੀ ਹੈ ਅਤੇ ਮੈਂ ਚਾਹੁੰਦਾ ਵਾਂ ਕਿ ਇਹ ਮੇਰੇ ਘਰ ਕੋਈ ਪੁੱਤਰ ਜਨਮ ਲਵੇ ਅਤੇ ਤੂੰ ਕਿਰਪਾ ਕਰਕੇ ਜਦੋਂ ਤੈਨੂੰ ਸੁਨੇਹਾ ਦਈਏ ਤੂੰ ਸਾਡੇ ਘਰ ਭੱਜ ਕੇ ਆਈ। ਅਤੇ ਅੱਗੋਂ ਦੌਲਤਾ ਦਾਈ ਨੇ ਸ਼ਬਦ ਕਿਹਾ, ਕਹਿਣ ਲੱਗੀ, ਵੇ ਕਾਲੂਆ ਮੈਂ ਜ਼ਰੂਰ ਆਵਾਂਗੀ ਅਤੇ ਪਰਮਾਤਮਾ ਪ੍ਰਭੂ ਦੀ ਕਿਰਪਾ ਵੀ ਵਰਤੇਗੀ ਕਿ ਤੁਹਾਡੇ ਘਰ ਪੁੱਤਰ ਹੋਏਗਾ, ਪਰ ਦੇਖ ਐਤਕੀ ਮੈਨੂੰ ਦਾਣੇ ਕੁਝ ਜ਼ਿਆਦਾ ਦੇ ਦਿਓ, ਐਤਕੀ ਮੈਨੂੰ ਟਕੇ ਕੁਝ ਜ਼ਿਆਦਾ ਦੇ ਦਿਓ, ਐਤਕੀ ਮੈਨੂੰ ਤੁਹਾਡੇ ਕੋਲੋਂ ਕੱਪੜੇ ਵੀ ਚਾਹੀਦੇ ਨੇ। ਅਤੇ ਮਹਿਤਾ ਕਾਲੂ ਨੇ ਕਿਹਾ, ਦੌਲਤਾ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ, ਜੇ ਤੂੰ ਬੱਚਾ ਠੀਕ ਠਾਕ ਸਾਡੀ ਝੋਲੀ ਵਿੱਚ ਪਾ ਦਿੱਤਾ ਫਿਰ ਜੋ ਤੂੰ ਕੱਪੜਾ ਮੰਗੇ, ਜੋ ਤੂੰ ਦਾਣੇ ਮੰਗੇ ਤੈਨੂੰ ਦਿੱਤੇ ਜਾਣਗੇ। ਸਮਾਂ ਆਪਣੀ ਚਾਲੇ ਚੱਲਿਆ, ਅੱਜ ਉਹ ਭਾਗਾਂ ਵਾਲਾ ਦਿਨ ਵੀ ਆਇਆ ਜਿਸ ਦਿਨ ਬਾਬਾ ਨਾਨਕ ਜੀ ਦਾ ਆਗਮਨ ਹੋਣਾ ਸੀ। ਇਤਿਹਾਸ ਕਹਿੰਦਾ ਕਿ ਸ਼ਾਮ ਵੇਲੇ ਦੌਲਤਾਂ ਦਾਈ ਨੂੰ ਜਿਸ ਵੇਲੇ ਬੁਲਾਇਆ ਗਿਆ, ਕਹਿੰਦੇ ਏਡੀ ਤੇਜ ਬਰਸਾਤ ਹੋਈ, ਜਿਹੜੀ ਧੂੜ ਇਹਨਾਂ ਪੱਤਿਆਂ ਆਦਿਕ ਤੇ ਜੰਮੀ ਹੋਈ ਸੀ ਜਾਂ ਜਿਹੜਾ ਗੰਦ ਗਲੀਆਂ ਵਿੱਚ ਖਿਲਰਿਆ ਹੋਇਆ ਸੀ, ਉਸ ਬਰਸਾਤ ਦੇ ਪਾਣੀ ਨੇ ਪੱਤਿਆਂ ਨੂੰ ਤੇ ਗਲੀਆਂ ਦੇ ਗੰਦ ਨੂੰ ਧੋ ਕੇ ਰੱਖ ਦਿੱਤਾ ਤੇ ਮਾਨੋ ਰਾਏ ਭੋਏ ਦੀ ਤਲਵੰਡੀ ਬਿਲਕੁਲ ਸਾਫ਼ ਹੋ ਗਈ। ਬਿਲਕੁਲ ਇਸ ਤਰ੍ਹਾਂ ਜਿਵੇਂ ਕਿਸੇ ਰਾਜੇ ਨੇ ਆਉਣਾ ਹੋਵੇ ਤੇ ਇਲਾਕੇ ਵਿੱਚ ਪਹਿਲਾਂ ਹੀ ਸਫਾਈ ਕਰ ਦਿੱਤੀ ਜਾਂਦੀ ਹੈ, ਅੱਜ ਕੋਟ ਬ੍ਰਹਿਮੰਡ ਦਾ ਮਾਲਕ ਆ ਰਿਹਾ ਹੈ ਤੇ ਮਾਨੋ ਕੁਦਰਤ ਨੇ ਪਹਿਲਾਂ ਸਭ ਕੁਝ ਸਾਫ਼ ਕਰ ਦਿੱਤਾ ਹੈ। ਸ਼ਾਮ ਵੇਲੇ ਦੌਲਤਾਂ ਦਾਈ ਜਦੋਂ ਆਈ ਹੈ ਤੇ ਉਸ ਕੋਠੇ ਵਿੱਚ ਉਹਨੇ ਪ੍ਰਵੇਸ਼ ਕੀਤਾ ਜਿੱਥੇ ਮਾਂ ਤੇ ਤ੍ਰਿਪਤਾ ਜੀ ਆਪ ਲੇਟੇ ਪਏ ਸਨ। ਪੂਰਾ ਪਰਿਵਾਰ, ਪੂਰਾ ਕੁਟੁੰਬ ਕਬੀਲਾ ਬਾਹਰ ਬੈਠਿਆ ਹੈ ਤੇ ਅੰਦਰ ਦੌਲਤਾਂ ਦਾਈ ਹੈ ਤੇ ਮਾਂ ਤ੍ਰਿਪਤਾ ਹੈ। ਤੇ ਗੁਰਮੁਖੋ, ਜਿਸ ਵੇਲੇ ਇੱਕ ਪਹਿਰ ਰਾਤ ਰਹੀ, ਭਾਵ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਤੇ ਉਸ ਵੇਲੇ ਧੰਨ ਧੰਨ ਬਾਬਾ ਨਾਨਕ ਜੀ ਦਾ ਪਾਵਨ ਪ੍ਰਕਾਸ਼ ਹੁੰਦਾ ਹੈ ਤੇ ਜਿਸ ਵੇਲੇ ਪਾਵਨ ਪ੍ਰਕਾਸ਼ ਹੋਇਆ, ਬਾਬਾ ਨਾਨਕ ਜੀ ਨੂੰ ਪਹਿਲੀ ਵਾਰ ਦੌਲਤਾਂ ਦਾਈ ਨੇ ਤੱਕਿਆ। ਅੱਜ ਤੀਕਰ ਜਿਤਨੇ ਵੀ ਬੱਚਿਆਂ ਨੂੰ ਉਹਨੇ ਜਨਮ ਦਿਵਾਇਆ ਸੀ ਸਾਰਿਆਂ ਦੇ ਸਾਰੇ ਬੱਚੇ ਸਭ ਰੋਏ ਸਨ, ਕੇਵਲ ਗੁਰੂ ਨਾਨਕ ਬਾਬਾ ਆਏ ਜਿਨ੍ਹਾਂ ਨੇ ਮਾਨੋ ਹੱਸ ਕੇ ਉਸ ਦੌਲਤਾਂ ਵੱਲ ਤੱਕਿਆ ਤੇ ਇੱਕੋ ਮੁਸਕਰਾਹਟ ਨੇ ਔਰ ਇੱਕੋ ਮਿਹਰ ਭਰੀ ਨਜ਼ਰ ਨੇ ਦੌਲਤਾਂ ਦਾਈ ਨੂੰ ਨਿਹਾਲ ਕਰ ਦਿੱਤਾ। ਉਸ ਦੌਲਤਾਂ ਦਾਈ ਦੇ ਅੰਦਰ ਮਾਨੋ ਨਾਮ ਦਾ ਪ੍ਰਕਾਸ਼ ਹੋ ਗਿਆ। ਜਿਸ ਵੇਲੇ ਅੰਦਰ ਇੱਕ ਅਜੀਬ ਠਰੰਬਾ ਠਹਿਰ ਗਿਆ ਤੇ ਦੌਲਤਾਂ ਦਾਈ ਨੇ ਇੱਕਦਮ ਛਾਤੀ ਨਾਲ ਲਾਇਆ ਤੇ ਜਿਸ ਵੇਲੇ ਬਾਹਰ ਆਈ ਤੇ ਬਾਹਰ ਆ ਕੇ ਮਹਿਤਾ ਕਾਲੂ ਨੂੰ ਵਧਾਈ ਦਿੱਤੀ ਤੇ ਮਹਿਤਾ ਕਾਲੂ ਜੀ ਨੇ ਆਪਣੇ ਗਲ ਦੀ ਮਾਲਾ ਦੌਲਤਾਂ ਦਾਈ ਦੇ ਗਲ ਵਿੱਚ ਪਾਉਣ ਲੱਗੇ
ਤੇ ਉਸ ਵੇਲੇ ਦੌਲਤਾਂ ਦਾਈ ਨੇ ਮਾਲਾ ਨੂੰ ਹੱਥ ਪਕੜ ਕੇ ਕਿਹਾ, ਕਹਿਣ ਲੱਗੇ ਵੇ ਪਟਵਾਰੀਆ, ਲੈ ਆਪਣੀ ਕੱਚੀ ਮਾਲਾ, ਤੇਰੇ ਬੱਚੇ ਦੀ ਇੱਕ ਨਜ਼ਰ ਨੇ ਮੈਨੂੰ ਨਾਮ ਦਾ ਮੋਤੀ ਦੇ ਦਿੱਤਾ, ਹੁਣ ਮੈਂ ਪੱਕੇ ਮੋਤੀਆਂ ਦੀ ਮਾਲਾ ਨਾਮ ਦੀ ਪਾਵਾਂਗੀ, ਮੈਨੂੰ ਤੇਰੇ ਕੱਚਿਆਂ ਦੀ ਲੋੜ ਹੀ ਕੋਈ ਨਹੀਂ। ਆਖੋ ਸਤਨਾਮ ਸ੍ਰੀ। ਕਿਉਂਕਿ ਜਿਸ ਵੇਲੇ ਗੁਰੂ ਦੀ ਨਜ਼ਰ ਕਿਤੇ ਸਵੱਲੀ ਪੈ ਜੇ ਤੇ ਗੁਰਮੁਖੋ ਬਾਣੀ ਦਾ ਸ਼ਬਦ ਕਦੇ ਵੀ ਲਾਂਭੇ ਨਾ ਕਰਿਓ, ਕਿਉਂਕਿ ਇਤਿਹਾਸ ਅਤੇ ਬਾਣੀ ਇਹ ਇਸ ਤਰ੍ਹਾਂ ਨੇ ਜਿਵੇਂ ਸਰੀਰ ਅਤੇ ਆਤਮਾ ਹੈ, ਜਿਸ ਵੇਲੇ ਦੋਵੇਂ ਮਿਲ ਜਾਂਦੇ ਨੇ ਤੇ ਮਾਨੋ ਇੱਕ ਨਵਾਂ ਜਨਮ ਹੈ। ਜਿਸ ਵੇਲੇ ਇਤਿਹਾਸ ਬਾਣੀ ਉੱਤੋਂ ਪਰਖੋਗੇ ਤੇ ਉਸ ਵੇਲੇ ਤੁਹਾਨੂੰ ਸਚਿਆਈ ਦਾ ਗਿਆਨ ਹੋਏਗਾ। ਤਾਂ ਹੀ ਤੇ ਮਹਾਰਾਜ ਨੇ ਬਾਣੀ ਅੰਦਰ ਬਖਸ਼ਿਸ਼ ਕੀਤੀ, ਕਹਿਣ ਲੱਗੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਜਿਸ ਵੇਲੇ ਗੁਰੂ ਕੇ ਚਰਨ ਕੋਈ ਪਰਸ ਲਵੇ ਤੇ ਗੁਰਮੁਖੋ ਜਨਮ ਅਤੇ ਮਰਨ ਵੀ ਉਹਦਾ ਕੱਟਿਆ ਜਾਂਦਾ ਹੈ। ਸਮਾਂ ਆਪਣੀ ਚਾਲੇ ਚੱਲਿਆ। ਉਸ ਦੌਲਤਾਂ ਦਾਈ ਨੇ ਮਹਿਤਾ ਕਾਲੂ ਦੇ ਕੋਲੋਂ ਕੁਝ ਨਹੀਂ ਲਿਆ ਤੇ ਸਗੋਂ ਉਹਨੇ ਬਚਨ ਕਿਹਾ ਸੀ, ਕਾਲੂ ਅੱਜ ਤੀਕਰ ਮੈਂ ਰੱਬ ਨੂੰ ਉਲਾਂਭੇ ਦਿੰਦੀ ਸਾਂ, ਰੱਬਾ ਮੇਰਾ ਨਾਮ ਦੌਲਤਾਂ ਰੱਖਿਆ ਪਰ ਮੇਰੇ ਪੱਲੇ ਦੌਲਤ ਤੂੰ ਰਤਾ ਵੀ ਨਾ ਪਾਈ, ਕਦੇ ਇੱਧਰੋਂ ਮੰਗ ਤੇ ਕਦੇ ਉੱਧਰੋਂ ਮੰਗ, ਪਰ ਅੱਜ ਮੈਂ ਰੱਬ ਦਾ ਸ਼ੁਕਰ ਕਰਨੀ ਪਈਆਂ, ਰੱਬਾ ਮੈਂ ਅੱਜ ਸਮਝੀ ਆ ਤੂੰ ਮੇਰਾ ਨਾਮ ਦੌਲਤਾਂ ਕਿਉਂ ਰੱਖਿਆ, ਕਿਉਂਕਿ ਅੱਜ ਮੇਰੀ ਝੋਲੀ ਵਿੱਚ ਤੂੰ ਨਾਮ ਦੀ ਦੌਲਤ ਪਾ ਦਿੱਤੀ ਹੈ। ਜਿਸ ਵੇਲੇ ਬਾਬਾ ਨਾਨਕ ਜੀ ਨੂੰ ਲਾਡ ਲਡਾਇਆ ਸਾਰਿਆਂ ਨੇ, ਸਮਾਂ ਆਪਣੀ ਚਾਲੇ ਚੱਲ ਕੇ ਜਿਸ ਵੇਲੇ ਬਾਬਾ ਜੀ ਆਰਬਲਾ 6 ਕੁ ਸਾਲ ਬਤੀਤ ਹੋਈ ਤੇ ਉਸ ਵੇਲੇ ਅੱਜ ਪਿਤਾ ਕਾਲੂ ਜੀ ਨੇ ਬਾਹ ਪਕੜੀ ਬਾਬੇ ਨਾਨਕ ਦੀ ਔਰ ਉਹਨਾਂ ਨੂੰ ਲੈ ਕੇ ਗਏ ਨੇ ਪੰਡਿਤ ਗੋਪਾਲ ਦਾਸ ਦੇ ਕੋਲ। ਇਹ ਸੰਸਕ੍ਰਿਤ ਦਾ ਗਿਆਤਾ ਸੀ, ਇਹ ਪੜ੍ਹਾਉਣ ਵਾਲਾ ਹੈ ਤੇ ਜਿਸ ਵੇਲੇ ਬਾਬਾ ਨਾਨਕ ਜੀ ਨੂੰ ਪੜ੍ਹਾਉਣ ਵਾਸਤੇ ਸ਼ੁਰੂ ਕੀਤਾ ਤੇ ਜਿਸ ਵੇਲੇ ਗੱਲ ਕਹੀ ਸੱਸੇ ਦੀ ਤੇ ਬਾਬੇ ਨਾਨਕ ਨੇ ਪੁੱਛ ਲਿਆ ਕਿ ਉਸਤਾਦ ਜੀ ਆ ਸੱਸੇ ਨਾਲ ਕੀ ਬਣੇਗਾ। ਉਹ ਕਹਿਣ ਲੱਗੇ ਬੇਟਾ ਇਕੱਲੇ ਅੱਖਰ ਨਾਲ ਕੁਝ ਨਹੀਂ ਬਣਦਾ, ਕੁਝ ਅੱਖਰ ਲਿਖੇ ਜਾਂਦੇ ਨੇ ਤੇ ਇੱਕ ਸ਼ਬਦ ਬਣਦਾ ਹੈ ਤੇ ਸ਼ਬਦ ਦਾ ਕੋਈ ਅਰਥ ਹੈ, ਇਕੱਲੇ ਅੱਖਰ ਦਾ ਕੀ ਅਰਥ ਹੋਏਗਾ, ਕੁਝ ਵੀ ਨਹੀਂ। ਤੇ ਬਾਬੇ ਨਾਨਕ ਨੇ ਫਿਰ ਉੱਤੇ ਪੱਟੀ ਉਚਾਰਨ ਕੀਤੀ ਤੇ ਬਚਨ ਕਿਹਾ, ਨਹੀਂ ਇਕੱਲੇ ਅਰਥ ਵੀ ਹੋਇਆ ਕਰਦੇ ਨੇ ਜੇ ਅੰਦਰ ਦੀ ਪੜ੍ਹਾਈ ਕੀਤੀ ਹੋਵੇ। ਸ਼ਬਦ ਕੀ ਵਰਤਿਆ, ਕਹਿੰਦੇ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਪਿਆ। ਉਹਨਾਂ ਸ਼ਬਦ ਕਿਹਾ, ਕਹਿਣ ਲੱਗੇ ਸੱਸੇ ਨਾਲ ਹੈ ਸਾਹਿਬ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ਜੇ ਅਜੇ ਇੱਕ ਉਹਦੀ ਸਮਝ ਨਹੀਂ ਆਈ ਤੇ ਬਾਕੀ ਮੈਨੂੰ ਕਿਹੜੀਆਂ ਫੱਟੀਆਂ ਤੇ ਪੜਾਉਂਦੇ ਪਏ ਜੇ। ਕਿਉਂਕਿ ਗੁਰਮੁਖੋ ਜਿਸ ਨੇ ਅੰਦਰ ਦੇ ਅੱਖਰ ਪੜੇ ਹੋਣ ਉਹਨਾਂ ਦੇ ਉੱਤੇ ਫਿਰ ਬਾਹਰ ਦੇ ਅੱਖਰਾਂ ਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ ਤੇ ਜਿਹੜਾ ਬੰਦਾ ਕੇਵਲ ਬਾਹਰ ਦੇ ਅੱਖਰਾਂ ਨੂੰ ਤੋੜੇ ਮਰੋੜੇ ਸੱਚ ਜਾਣਿਓ ਆਤਮਕ ਆਨੰਦ ਉਹਦੀ ਝੋਲੀ ਅੰਦਰ ਕਦੇ ਆ ਨਹੀਂ ਜੇ ਸਕਦਾ। ਜਿਸ ਵੇਲੇ ਉਹ ਨਾਲ ਨਾਲ ਪੰਡਿਤ ਜੀ ਪਿੱਛੇ ਲਿਆਏ ਉਹਨਾਂ ਦੇ ਘਰ, ਕਹਿਣ ਲੱਗੇ ਕਾਲੂ ਜੀ ਆ ਕਿਹਨੂੰ ਪੜਾਉਣ ਵਾਸਤੇ ਮੇਰੇ ਕੋਲੇ ਸੱਦ ਲਿਆ, ਇਹ ਮੈਂ ਨਹੀਂ ਇਹਨੂੰ ਪੜਾ ਸਕਦਾ, ਸਗੋਂ ਇਸਨੇ ਮੈਨੂੰ ਅੱਖਰ ਉਹ ਪੜਾ ਦਿੱਤੇ ਨੇ ਜਿਹੜੇ ਮੈਂ ਸਾਰੀ ਜ਼ਿੰਦਗੀ ਕਿਸੇ ਕੋਲੋਂ ਨਹੀਂ ਜੇ ਪੜਿਆ। ਪਰਤ ਕੇ ਬਾਬਾ ਨਾਨਕ ਜੀ ਨੂੰ ਕਾਜ਼ੀ ਕੋਲ ਭੇਜਿਆ ਗਿਆ ਤੇ ਸ਼ਬਦ ਕਿਹਾ ਕਿ ਕਾਜ਼ੀ ਜੀ ਇਹਨੂੰ ਪੜਾਓ ਤੇ ਉਹਨਾਂ ਫਿਰ ਆਪਣੀ ਉਰਦੂ ਵਿੱਚ ਸ਼ੁਰੂ ਕੀਤਾ, ਕਹਿਣ ਲੱਗੇ ਬੇਟਾ ਨਾਨਕ ਬੋਲ ਅਲਿਫ। ਬਾਬੇ ਨੇ ਕਿਹਾ ਅਲਿਫ, ਉਹਨਾਂ ਕਿਹਾ ਅੱਗੇ ਬੋਲ ਬੇ। ਬਾਬੇ ਨੇ ਕਿਹਾ ਜੀ ਅਜੇ ਅਲਫ ਦੀ ਸਮਝ ਨਹੀਂ ਆਈ, ਤੁਸੀਂ ਬੇ ਵਾਲੇ ਪਾਸੇ ਲੈ ਗਏ ਹੋ। ਉਹਨਾਂ ਕਿਹਾ ਬੇਟਾ ਅਲਫ ਦੀ ਸਮਝ ਦਾ ਕੀ ਭਾਵ, ਇਹ ਤਾਂ ਇੱਕ ਨੂੰ ਕਹਿੰਦੇ ਨੇ। ਕਹਿੰਦੇ ਕਾਜ਼ੀ ਇੱਕ ਦੀ ਸਮਝ ਆ ਗਈ ਹੈ ਜਾਂ ਇਕੱਲੇ ਅਜੇ ਨਮਾਜ਼ਾਂ ਹੀ ਪੜ੍ਹਨਾ ਪਿਆ ਹੈ। ਕਾਜ਼ੀ ਸਮਝ ਗਿਆ ਵੀ ਇਹ ਅੱਖਰ ਇੱਕ 6 ਸਾਲ ਦਾ ਬੱਚਾ ਮੈਨੂੰ ਕਹਿ ਰਿਹਾ ਵੀ ਇੱਕ ਦੀ ਸਮਝ ਆਈ ਜਾਂ ਇਕੱਲੇ ਅਜੇ ਅੱਖਰ ਹੀ ਪੜ੍ਹਨਾ ਪਿਆ ਹੈ।
ਕੱਲੀਆਂ ਨਮਾਜ਼ਾਂ ਪੜ੍ਹਨਾ ਪਿਆ ਹੈ। ਕਾਜ਼ੀ ਦੇ ਵੀ ਹੱਥ ਜੁੜ ਗਏ, ਕਹਿਣ ਲੱਗੇ ਤੂੰ ਖੁਦਾਏ ਦਾ ਨੂਰ ਹੈ ਤੇ ਅਜੇ ਸੱਚ ਜਾਣ ਮੈਂ ਮੱਥੇ ਹੀ ਟੇਕਣਾ ਪਿਆ ਵਾ, ਮੈਨੂੰ ਇੱਕ ਅੱਲਾ ਦੀ ਅਜੇ ਸਮਝ ਹੀ ਕੋਈ ਨਹੀਂ ਆਈ। ਬਾਬੇ ਨਾਨਕ ਨੂੰ ਜਿਸ ਵੇਲੇ ਕਈ ਉਸਤਾਦਾਂ ਕੋਲੇ ਪਾਇਆ ਗਿਆ ਪਰ ਬਾਬੇ ਨਾਨਕ ਨੇ ਗੱਲਾਂ ਕੀਤੀਆਂ ਦਰਗਾਹੀ ਤੇ ਉਹਨਾਂ ਗੱਲਾਂ ਕੀਤੀਆਂ ਸੰਸਾਰੀ ਤੇ ਗੁਰਮੁਖੋ ਬਾਣੀ ਕਹਿੰਦੀ ਹੈ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਭਗਤ ਜਨ ਦਾ ਤੇ ਸੰਸਾਰੀ ਦਾ ਜੋੜ ਕਦੇ ਵੀ ਨਹੀਂ ਆ ਸਕਦਾ ਕਿਉਂਕਿ ਉਹਨੇ ਗੱਲਾਂ ਦਰਗਾਹੀ ਕਰਨੀਆਂ ਨੇ ਤੇ ਸੰਸਾਰਕ ਬੰਦਾ ਗੱਲਾਂ ਸੰਸਾਰ ਦੀਆਂ ਹੀ ਕਰੇਗਾ। ਜਿਸ ਵੇਲੇ ਮਹਿਤਾ ਕਾਲੂ ਜੀ ਕੋਲ ਲਿਆਂਦਾ, ਮਹਿਤਾ ਕਾਲੂ ਜੀ ਨੇ ਸੋਚਿਆ ਇਹ ਬੱਚਾ ਪੜ੍ਹੇਗਾ ਨਹੀਂ। ਮਹਿਤਾ ਕਾਲੂ ਜੀ ਨੂੰ ਇਹ ਨਹੀਂ ਸੀ ਪਤਾ ਕਿ ਇਹ ਪੜ੍ਹਾਉਣ ਵਾਸਤੇ ਆਏ ਨੇ, ਪੜ੍ਹਨ ਵਾਸਤੇ ਸਾਰੀ ਦੁਨੀਆ ਹੈ, ਪਰ ਉਹ ਸਾਰੀ ਦੁਨੀਆ ਨੂੰ ਨਾਮ ਦਾ ਪਾਠ ਕੇਵਲ ਤੇਰਾ ਪੁੱਤਰ ਹੀ ਪੜ੍ਹਾ ਸਕਦਾ। ਜੇ ਮਹਿਤਾ ਕਾਲੂ ਜੀ ਨੇ ਡੰਗਰਾਂ ਮਾਈ ਗੰਜ ਖੋਲ ਦੇ ਦਿੱਤੀਆਂ, ਜਿਸ ਵੇਲੇ ਗਾਈਆਂ ਮੱਝਾਂ ਲੈ ਕੇ ਜਾਣ ਲੱਗੇ, ਇੱਕ ਦਿਨ, ਦੋ ਦਿਨ, ਤਿੰਨ ਦਿਨ ਤੇ ਆਪਾਂ ਸਾਖੀ ਸਰਵਣ ਕਰਨੇ ਆ ਇੱਕ ਸੱਪ ਵਾਲੀ ਕਿ ਕਿੱਦਾਂ ਫਿਰ ਸੱਪ ਨੇ ਗੁਰੂ ਜੀ ਉੱਤੇ ਛਾਂ ਕੀਤੀ, ਪਰਤ ਕੇ ਆਪਾਂ ਸਾਖੀ ਸੁਣਨੇ ਆ ਕਿ ਕਿਵੇਂ ਸਾਰੇ ਦਰਖਤਾਂ ਦੀ ਛਾਂ ਬਦਲ ਗਈ ਸੀ ਪਰ ਜਿਸ ਦਰਖਤ ਦੇ ਥੱਲੇ ਬਾਬਾ ਨਾਨਕ ਸੀ ਉਹ ਛਾਂ ਉਸੇ ਅਸਥਾਨ ਤੇ ਟਿੱਕੀ ਰਹੀ। ਇਹ ਸਾਰਾ ਕੁਝ ਨਜ਼ਾਰਾ ਰਾਏ ਬੁਲਾਰ ਨੇ ਤੱਕ ਲਿਆ। ਰਾਏ ਬੁਲਾਰ ਨੇ ਨਜ਼ਾਰਾ ਤੱਕ ਕੇ ਵੇਖਿਆ, ਕਹਿਣ ਲੱਗੇ ਇਹ ਕੋਈ ਮਹਿਤਾ ਕਾਲੂ ਦੇ ਘਰ ਅੰਦਰ ਮਾਨੋ ਪਰਮਾਤਮਾ ਖੁਦਾ ਆਪ ਆਇਆ ਹੈ। ਤੇ ਜਿਸ ਵੇਲੇ ਇੱਕ ਦਿਨ ਭਾਣਾ ਇਹ ਵਰਤਿਆ ਕਿ ਆਪ ਤਾਂ ਖਸਮ ਦੀ ਇਬਾਦਤ ਵਿੱਚ ਜੁੜੇ ਸਨ ਤੇ ਜਿਹੜੀਆਂ ਗਾਈਆਂ ਮੱਝੀਆਂ ਉਹ ਕਿਸੇ ਦੇ ਖੇਤਾਂ ਵਿੱਚ ਵੜ ਗਈਆਂ, ਉੱਥੇ ਜਾ ਕੇ ਫਸਲ ਉਜਾੜ ਕਰ ਦਿੱਤੀ, ਉਜਾੜਾ ਪਾ ਦਿੱਤਾ ਤੇ ਅਗਲੇ ਦਿਨ ਫਿਰ ਕਿਸਾਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਰਾਏ ਬੁਲਾਰ ਕੋਲ ਕਿ ਰਾਏ ਬੁਲਾਰ ਮਹਿਤਾ ਕਾਲੂ ਦੇ ਬੱਚੇ ਨੇ ਆਪਣੀਆਂ ਗਾਈਆਂ ਅਤੇ ਮੱਝਾਂ ਸਾਡੇ ਖੇਤਾਂ ਵਿੱਚ ਵਾੜ ਦਿੱਤੀਆਂ, ਸਾਡੀ ਸਾਰੀ ਖੇਤੀ ਉਜੜ ਗਈ ਹੈ, ਸਾਨੂੰ ਉਹਦਾ ਹਰਜਾਨਾ ਚਾਹੀਦਾ ਹੈ। ਮਹਿਤਾ ਕਾਲੂ ਜੀ ਨੂੰ ਸੱਦਿਆ ਗਿਆ, ਬਾਬਾ ਨਾਨਕ ਜੀ ਨੂੰ ਸੱਦਿਆ ਗਿਆ ਤੇ ਜਿਸ ਵੇਲੇ ਉਹਨਾਂ ਕਿਸਾਨਾਂ ਨੇ ਉਲਾਂਭੇ ਪਾਏ ਨਾ ਤੇ ਬਾਬਾ ਨਾਨਕ ਜੀ ਕਹਿਣ ਲੱਗੇ ਰਾਏ ਬੁਲਾਰ ਜੀ ਇੱਕ ਵਾਰ ਆਪਾਂ ਚੱਲ ਕੇ ਵੇਖ ਲੈਂਦੇ ਹਾਂ, ਜਿਤਨੀ ਕੁ ਇਹਨਾਂ ਦੀ ਫਸਲ ਉਜੜੀ ਹੈ ਉਹਨਾਂ ਕੁ ਹਰਜਾਨਾ ਅਸੀਂ ਦੇਣ ਨੂੰ ਤਿਆਰ ਵਾਂ। ਮਹਿਤਾ ਕਾਲੂ ਜੀ ਬੜੇ ਕ੍ਰੋਧ ਵਿੱਚ ਹਨ ਪਰ ਜਿਸ ਵੇਲੇ ਸਾਰੇ ਪਿੰਡ ਦੇ ਲੋਕ ਉਹਨਾਂ ਫਸਲਾਂ ਨੂੰ ਵੇਖਣ ਵਾਸਤੇ ਜਾ ਰਹੇ ਨੇ ਤੇ ਜਿਸ ਵੇਲੇ ਉਹਨਾਂ ਫਸਲਾਂ ਕੋਲ ਆਏ ਤੇ ਫਸਲ ਬਾਕੀ ਫਸਲਾਂ ਨਾਲੋਂ ਵੀ ਉੱਚੀ ਸੀ ਤੇ ਗੁਰੂ ਨਾਨਕ ਬਾਬੇ ਨੇ ਸ਼ਬਦ ਕਿਹਾ ਕਿਸਾਨ ਭਰਾਵੋ ਤੁਹਾਡੀਆਂ ਫਸਲਾਂ ਤੇ ਹੋਰ ਹਰੀਆਂ ਭਰੀਆਂ ਨੇ ਤੇ ਮੈਂ ਕਹਿੰਦਾ ਵਾ ਬਾਬਾ ਨਾਨਕਾ ਜਿੱਥੇ ਤੇਰੇ ਡੰਗਰ ਵੀ ਵੜ ਜਾਣ ਉੱਥੇ ਵੀ ਲੋਕ ਸਦੀਆਂ ਤੱਕ ਅਸਥਾਨਾਂ ਨੂੰ ਮੱਥੇ ਟੇਕਦੇ ਨੇ, ਜਿਨ੍ਹਾਂ ਅੰਦਰ ਤੇਰਾ ਜਪ ਜੀ ਆ ਗਿਆ ਉਹ ਸਿੱਖਾਂ ਨੂੰ ਤੂੰ ਧੰਨ ਕਰਕੇ ਰੱਖ ਦਿੱਤਾ। ਪਿਛਲੇ ਦਿਨੀ ਦਾਸ ਪਾਕਿਸਤਾਨ ਵਿਖੇ ਗਿਆ ਸੀ ਕਥਾ ਲਈ ਤੇ ਉੱਥੇ ਦਾਸ ਨੇ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕੀਤੇ, ਗੁਰਦੁਆਰਾ ਕਿਆਰਾ ਸਾਹਿਬ, ਤੇ ਮੈਂ ਕਹਿੰਦਾ ਵਾ ਵੇਖੋ ਲਾਈਨਾਂ ਲੱਗੀਆਂ ਸਨ ਸਿੱਖਾਂ ਦੀਆਂ ਉਸ ਧੂੜੀ ਨੂੰ ਮੱਥੇ ਤੇ ਲਗਾਉਣ ਵਾਸਤੇ ਜਿੱਥੇ ਗੁਰੂ ਕੇ ਆਪ ਡੰਗਰ ਵੀ ਗਏ ਉਹ ਵੀ ਸਿੱਖਾਂ ਵਾਸਤੇ ਥਾਂ ਭਾਗਾਂ ਵਾਲੀ ਹੋ ਗਈ। ਗੁਰਮੁਖੋ ਗੁਰੂ ਨਾਨਕ ਕੀ ਬਾਣੀ, ਗੁਰੂ ਨਾਨਕ ਆਪ ਜੇ ਤੁਸੀਂ ਬਾਣੀ ਨਾ ਛੱਡਿਓ ਗੁਰੂ ਨਾਨਕ ਤੁਹਾਡੀ ਬਾਂਹ ਨਹੀਂ ਜੇ ਛੱਡੇਗਾ। ਪਰਤ ਕੇ ਜਦੋਂ ਇਹ ਨਜ਼ਾਰਾ ਵੀ ਤੱਕਿਆ ਤੇ ਰਾਏ ਬੁਲਾਰ ਤੇ ਮਾਨੋ ਮੁਰੀਦ ਹੋ ਗਿਆ ਗੁਰੂ ਨਾਨਕ ਬਾਬਾ ਜੀ ਦਾ ਤੇ ਆਪ ਉਹਨਾਂ ਨੂੰ ਸੁਨੇਹਾ ਭੇਜ ਕੇ ਬੁਲਾ ਲੈਂਦਾ ਸੀ ਤੇ ਕਿੰਨਾ ਕਿੰਨਾ ਚਿਰ ਬਾਬੇ ਨਾਨਕ ਦੇ ਚਰਨਾਂ ਵਿੱਚ ਰਾਏ ਬੁਲਾਰ ਬਜ਼ੁਰਗ ਸੀ ਤੇ ਉਹ ਬੈਠਾ ਰਹਿੰਦਾ ਸੀ ਤੇ ਅੱਜ ਉਹਦੇ ਮਨ ਅੰਦਰ ਖਿਆਲ ਆਇਆ, ਉਹਨੇ ਸਾਰੇ ਪਿੰਡ ਵਾਲਿਆਂ ਨੂੰ ਇਲਾਕੇ ਵਾਲਿਆਂ ਨੂੰ ਬੁਲਾਇਆ। ਬੁਲਾ ਕੇ ਉਹਨੇ ਇੱਕ ਗੱਲ ਕਹੀ, ਕਹਿਣ ਲੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ
ਕਿ ਜੋ ਮੇਰਾ ਪਿਤਾ ਸੀ ਰਾਏ ਭੋਏ, ਉਸਨੇ ਇਹ ਅਸਥਾਨ ਇਹ ਜ਼ਮੀਨ ਖਰੀਦੀ ਜਾਂ ਕਬਜ਼ਾ ਕਰਕੇ ਲਈ, ਪਰ ਕਹਿੰਦੇ ਨੇ ਅੱਜ ਤੋਂ ਬਾਅਦ ਇਸ ਦਾ ਨਾਮ ਰਾਏ ਭੋਏ ਦੀ ਤਲਵੰਡੀ ਨਹੀਂ, ਕਹਿੰਦੇ ਇੱਥੇ ਖੁਦਾ ਦਾ ਰੂਪ ਇਹ ਨਾਨਕ ਆਇਆ ਹੈ, ਨਾਨਕ ਦਾ ਆਣਾ ਕਰਕੇ ਇਸ ਅਸਥਾਨ ਦਾ ਨਾਮ ਹੀ ਨਨਕਾਣਾ ਰੱਖ ਦੇਣਾ ਵਾ, ਕਿਉਂਕਿ ਸੰਸਾਰ ਅੰਦਰ ਰਾਏ ਭੋਏ ਦੀ ਤਲਵੰਡੀ ਨੂੰ ਕੋਈ ਜਾਣੇ ਨਾ ਜਾਣੇ, ਪਰ ਨਨਕਾਣਾ ਸਾਹਿਬ ਦੀਆਂ ਜੈ ਜੈਕਾਰਾਂ ਸਦਾ ਦੁਨੀਆਂ ਤੇ ਹੁੰਦੀਆਂ ਰਹਿਣਗੀਆਂ। ਗੁਰਮੁਖੋ, ਪਰਤ ਕੇ ਜਦੋਂ ਗਾਈਆਂ ਅਤੇ ਮੱਝਾਂ ਵਾਲਾ ਕੰਮ ਵੀ ਸਿਰੇ ਨਾ ਚੜਿਆ, ਤੇ ਅੱਜ ਉਹ ਦਿਨ ਆਇਆ ਜਿਸ ਵੇਲੇ 12 ਕੁ ਸਾਲ ਦੇ ਬਾਬਾ ਨਾਨਕ ਜੀ ਹੁੰਦੇ ਨੇ, ਤੇ ਉਸ ਵੇਲੇ ਫਿਰ ਜਨੇਊ ਦੀ ਰਸਮ ਜਿਹੜੀ ਅਦਾ ਕਰਨੀ ਸੀ ਉਹਦੇ ਵਾਸਤੇ ਆਪਣੇ ਰਿਸ਼ਤੇਦਾਰਾਂ ਨੂੰ, ਸਾਗ ਸੰਬੰਧੀਆਂ ਨੂੰ ਮਹਿਤਾ ਕਾਲੂ ਜੀ ਨੇ ਬੁਲਾਉਣਾ ਸ਼ੁਰੂ ਕਰ ਦਿੱਤਾ। ਔਰ ਜਿਸ ਵੇਲੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ, ਪੰਡਿਤ ਹਰਦਿਆਲ ਨੇ ਜੀ ਸੱਦਿਆ ਗਿਆ, ਤੇ ਉਸ ਵੇਲੇ ਬਾਬੇ ਨਾਨਕ ਨੂੰ ਪੁਆਇਆ ਜਾਣ ਲੱਗਿਆ ਜਨੇਊ, ਤੇ ਬਾਬੇ ਨਾਨਕ ਨੇ ਪੰਡਿਤ ਜੀ ਦਾ ਹੱਥ ਰੋਕ ਕੇ ਕਿਹਾ, ਪੰਡਿਤ ਜੀ ਇਹ ਕੀ? ਉਹਨਾਂ ਕਿਹਾ, ਬੇਟਾ ਜੇ ਤੈਨੂੰ ਜਨੇਊ ਪਾਵਾਂਗੇ ਤਾਂ ਤੂੰ ਪੂਰਾ ਹਿੰਦੂ ਹੋਵੇਂਗਾ, ਇਸ ਕਰਕੇ ਤੈਨੂੰ ਅਸੀਂ ਜਨੇਊ ਪਾਉਣ ਲੱਗੇ ਹਾਂ। ਬਾਬੇ ਨਾਨਕ ਨੇ ਸ਼ਬਦ ਕਿਹਾ, ਪੰਡਿਤ ਜੀ ਜਿਹੜੀ ਮਾਂ ਨੇ ਮੈਨੂੰ ਜਨਮ ਦਿੱਤਾ ਮੈਂ ਕਦੇ ਉਹਦੇ ਗਲ ਵਿੱਚ ਜਨੇਊ ਨਹੀਂ ਵੇਖਿਆ, ਜਿਹੜੀ ਭੈਣ ਨੇ ਮੈਨੂੰ ਲੋਰੀਆਂ ਦਿੱਤੀਆਂ ਨਾਨਕੀ ਦੇ ਗਲ ਵਿੱਚ ਕਦੇ ਜਨੇਊ ਨਹੀਂ ਵੇਖਿਆ, ਇਹ ਕਿਹੜਾ ਜਨੇਊ ਪਾਉਣ ਲੱਗੇ ਹੋ? ਪੰਡਿਤ ਜੀ ਨੇ ਸ਼ਬਦ ਕਿਹਾ, ਬੇਟਾ ਸਾਡੇ ਧਰਮ ਵਿੱਚ ਬੀਬੀਆਂ ਨੂੰ ਆਗਿਆ ਨਹੀਂ ਕਿ ਬੀਬੀਆਂ ਜਨੇਊ ਪਾ ਸਕਣ। ਤੇ ਬਾਬੇ ਨਾਨਕ ਨੇ ਸ਼ਬਦ ਕਿਹਾ, ਪੰਡਿਤ ਜੀ ਜਿਹੜਾ ਜਨੇਊ ਇਸਤਰੀ ਅਤੇ ਮਰਦ ਦਾ ਫਰਕ ਕਰਦਾ ਹੈ ਮੈਂ ਐਸਾ ਜਨੇਊ ਨਹੀਂ ਪਾਣਾ। ਤੇ ਮਾਨੋ ਬਾਬੇ ਨਾਨਕ ਨੇ ਕਹਿ ਦਿੱਤਾ ਹੋਵੇ ਕਿ ਆਉਣ ਵਾਲੇ 10ਵੇਂ ਜਾਮੇ ਵਿੱਚ ਮੈਂ ਇਹੋ ਜਿਹੇ ਗਾਤਰੇ ਪਵਾਵਾਂਗਾ ਜਿਹਨੂੰ ਮੇਰੀ ਧੀ ਵੀ ਪਾ ਸਕਦੀ ਹੈ, ਮੇਰਾ ਪੁੱਤਰ ਵੀ ਪਾ ਸਕਦਾ ਜੀ। ਕਿਉਂਕਿ ਗੁਰੂ ਨਾਨਕ ਦਾ ਧਰਮ ਉਹ ਧਰਮ ਹੈ ਗੁਰਮੁਖੋ, ਜਿਸ ਨੂੰ ਜਿਹੜਾ ਮਰਜ਼ੀ ਬੰਦਾ ਇਖਤਿਆਰ ਕਰ ਲਵੇ ਉਹਦਾ ਬੇੜਾ ਗੁਰੂ ਪਾਰ ਕਰ ਦਏਗਾ। ਇਸ ਕਰਕੇ ਧੰਨ ਧੰਨ ਗੁਰੂ ਨਾਨਕ ਬਾਬਾ ਜੀ ਨੇ ਉਹ ਜਨੇਊ ਪਾਵਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਬਦ ਕਿਹਾ ਸੀ, ਕਹਿੰਦੇ ਜੇ ਜਨੇਊ ਪਾਇਆ ਕੀ ਅੱਖਾਂ ਮਾੜਾ ਨਹੀਂ ਤੱਕਣਗੀਆਂ, ਜੇ ਜਨੇਊ ਪਾਇਆ ਕੀ ਹੱਥ ਪਰਾਇਆ ਹੱਕ ਨਹੀਂ ਖਾਣਗੇ, ਜੇ ਜਨੇਊ ਪਾਇਆ ਤੇ ਕੀ ਪੈਰ ਮਾੜੇ ਪਾਸੇ ਨਹੀਂ ਜਾਣਗੇ। ਬਾਬੇ ਨੇ ਕਿਹਾ, ਮੈਨੂੰ ਤੇ ਜੀ ਦਾ ਜਨੇਊ ਚਾਹੀਦਾ ਹੈ, ਮੈਨੂੰ ਤੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਮੈਨੂੰ ਤੇ ਦਇਆ ਦੀ ਕਪਾਸ ਅਤੇ ਸੰਤੋਖ ਦਾ ਸੂਤ ਉੱਚੇ ਆਚਰਣ ਦੀਆਂ ਗੰਢਾਂ ਲੱਗੀਆਂ ਹੋਣ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ, ਜੇ ਇਹੋ ਜਿਹਾ ਜਨੇਊ ਦਏਗਾ ਤੇ ਮੈਂ ਪਾਉਣ ਵਾਸਤੇ ਤਿਆਰ ਵਾਂ। ਇਸ ਕਰਕੇ ਇਹ ਪੰਡਿਤ ਜੀ ਪਖੰਡ ਮੈਂ ਤੁਹਾਡੇ ਸਾਹਮਣੇ ਬਿਲਕੁਲ ਸਹਿਨ ਨਹੀਂ ਕਰਾਂਗਾ। ਇਸ ਕਰਕੇ ਗੁਰੂ ਦਾ ਘਰ ਕਦੇ ਪਖੰਡ ਨੂੰ ਜਨਮ ਨਹੀਂ ਦਿੰਦਾ ਗੁਰਮੁਖੋ, ਗੁਰੂ ਨਾਨਕ ਦੇ ਘਰ ਕੇਵਲ ਗੁਰਮਤ ਪਰਵਾਨ ਜੇ। ਜਿਹੜਾ ਬੰਦਾ ਕਿਰਪਾਨ ਪਾ ਕੇ ਵੀ ਪਖੰਡ ਕਰਦਾ ਪਿਆ ਜੇ, ਸੱਚ ਜਾਣਿਓ ਗੁਰੂ ਨਾਨਕ ਉਹਨੂੰ ਵੀ ਆਪਣੇ ਘਰ ਪਰਵਾਨ ਨਹੀਂ ਜੇ ਕਰੇਗਾ। ਧੰਨ ਧੰਨ ਬਾਬਾ ਨਾਨਕ ਜੀ ਦੇ, ਪਰਤ ਕੇ ਸੱਚੇ ਸੌਦੇ ਦੀ ਖੇਡ ਵਾਪਰੀ, ਕਿਵੇਂ ਬਾਬਾ ਨਾਨਕ ਜੀ ਨੂੰ 20 ਰੁਪਏ ਦਾ ਲੰਗਰ ਸਾਰੇ ਸਾਧੂਆਂ ਨੂੰ ਛਕਾਇਆ, ਤੇ ਜਿਸ ਵੇਲੇ ਛਕਾਉਣ ਤੋਂ ਬਾਅਦ ਵਾਪਸ ਆਏ ਤੇ ਆਪ ਪਿੰਡ ਦੇ ਖੂਹ ਦੇ ਉੱਤੇ ਬੈਠੇ, ਭਾਈ ਮਰਦਾਨਾ ਜੀ ਨੂੰ ਭੇਜ ਦਿੱਤਾ, ਤੇ ਪਰਤ ਕੇ ਜਦੋਂ ਮਹਿਤਾ ਕਾਲੂ ਨੇ ਸ਼ਬਦ ਵਰਤਿਆ, ਮਰਦਾਨਿਆ ਕਿੱਥੇ ਹੈ ਨਾਨਕ, ਤੁਹਾਨੂੰ ਸੌਦਾ ਕਰਨ ਲਈ ਕਿਹਾ ਸੀ, ਕਿੱਥੇ ਕੀਤਾ ਸੌਦਾ ਤੇ ਕੀ ਖੱਟਿਆ? ਤੇ ਅੱਗੋਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਨਾਨਕ ਜੀ ਤੇ ਅਗੰਮੀ ਧਿਆਨ ਵਿੱਚ ਬੈਠੇ ਹੋਏ ਨੇ ਤੇ ਉਹਨਾਂ ਮੈਨੂੰ ਆਪ ਕੋਲ ਭੇਜਿਆ ਹੈ। ਉਹਨਾਂ ਕਿਹਾ, ਨਹੀਂ ਨਾਨਕ ਨੂੰ ਹੀ ਬੁਲਾ ਕੇ ਲਿਆ, ਮੈਂ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਵਾਂ। ਜਿਸ ਵੇਲੇ ਬਾਬਾ ਨਾਨਕ ਜੀ ਨੂੰ ਸੱਦਿਆ ਗਿਆ ਤੇ ਬਾਬੇ ਨਾਨਕ ਨੇ ਕਿਹਾ, ਪਿਤਾ ਜੀ
ਮੈਂ ਕੱਲਾ ਸੌਦਾ ਨਹੀਂ ਕੀਤਾ, ਮੈਂ ਸੱਚਾ ਸੌਦਾ ਕੀਤਾ ਜੀ। ਪਿਤਾ ਨੂੰ ਫਿਰ ਸ਼ੱਕ ਹੋਇਆ, ਪਿਤਾ ਨੂੰ ਸ਼ੱਕ ਤਾਂ ਹੋਇਆ ਕਿ ਪੜ੍ਹਨ ਵਾਸਤੇ ਪਾਇਆ ਇਹ ਤਾਂ ਨਹੀਂ ਪੜਿਆ, ਜਨੇਊ ਦੀ ਗੱਲ ਆਈ ਇਸਨੇ ਤਾਂ ਨਹੀਂ ਪਾਇਆ, ਖੇਤੀ ਦੀ ਗੱਲ ਆਈ ਇਹਨੇ ਲੋਕਾਂ ਦੀਆਂ ਫਸਲਾਂ ਉਜਾੜ ਦਿੱਤੀਆਂ, ਹੁਣ ਸੌਦੇ ਦੀ ਗੱਲ ਆਈ ਇਹ ਸੱਚਾ ਸੌਦਾ ਕਹਿੰਦਾ ਪਿਆ ਜੇ। ਮੈਂ ਤਾਂ ਕਾਲੂ ਜੀ ਕਹਿਣ ਲੱਗੇ, ਬੇਟਾ ਤੇਰੇ ਚਾਵਲ ਤੇ ਕਣਕ ਆਦਿਕ ਦੇ ਗੱਡੇ ਕਿੱਥੇ ਨੇ, ਜੇ ਤੂੰ ਸੌਦਾ ਕਰਕੇ ਲਿਆਇਆ ਤੇ ਦੱਸ। ਤੇ ਧੰਨ ਧੰਨ ਗੁਰੂ ਨਾਨਕ ਬਾਬਾ ਜੀ ਨੇ ਸ਼ਬਦ ਕਿਹਾ, ਪਿਤਾ ਜੀ ਜੇ ਮੈਂ ਚਾਵਲਾਂ ਤੇ ਕਣਕਾਂ ਦੇ ਗੱਡੇ ਲਿਆਵਾਂ ਤੇ ਉਸ ਸੌਦੇ ਨਾਲ ਕਿੰਨਾ ਕੁ ਸਮਾਂ ਖਾ ਸਕਦੇ ਹੋ? ਤੇ ਪਿਤਾ ਜੀ ਨੇ ਸ਼ਬਦ ਵਰਤਿਆ, ਬੇਟਾ 2-3 ਸਾਲ ਆਰਾਮ ਨਾਲ ਅਸੀਂ ਉਹ ਭੋਜਨ ਕਰਾਂਗੇ ਜਿਹੜਾ ਉਸ ਸੌਦੇ ਨਾਲ ਕੀਤਾ ਜੇ। ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ, ਪਿਤਾ ਜੀ ਜੇ ਮੈਂ ਉਹ ਸੌਦਾ ਕੀਤਾ ਤੇ 2-3 ਸਾਲ ਤੱਕ ਉਹ ਅੰਨ ਮੁੱਕ ਜਾਏਗਾ, ਮੈਂ ਉਹ ਸੌਦਾ ਕਰਕੇ ਆਇਆ ਵਾ, ਜਦੋਂ ਤੀਕਰ ਦੁਨੀਆ ਰਹੇਗੀ ਗੁਰੂ ਨਾਨਕ ਦੇ ਲੰਗਰ ਸਦਾ ਚੱਲਦੇ ਰਹਿਣਗੇ, ਮੈਂ ਉਹ ਸੌਦਾ ਕਰਕੇ ਆਇਆ ਵਾਂ। ਪੁੱਛਿਆ, ਤੇਰੀਆਂ ਗੱਲਾਂ ਮੇਰੀ ਸਮਝ ਨਹੀਂ ਆਉਂਦੀਆਂ, ਕਿਉਂਕਿ ਗੁਰਮੁਖੋ ਪੰਡਿਤ ਹਰਦਿਆਲ ਨੇ ਇਹ ਸ਼ਬਦ ਕਹਿ ਦਿੱਤੇ ਸਨ ਮਹਿਤਾ ਜੀ ਨੂੰ, ਕਹਿੰਦੇ ਦੇਖ ਮਹਿਤਾ ਮੈਂ ਤੇਰੇ ਬੱਚੇ ਦੀ ਇੱਕ ਝਲਕ ਪਾਈ ਹੈ, ਤੇਰੇ ਘਰ ਭਗਵਾਨ ਦਾ ਰੂਪ ਆਇਆ ਹੈ, ਪਰ ਬੜੇ ਦੁੱਖ ਦੀ ਗੱਲ ਹੈ ਤੈਨੂੰ ਸਾਰੀ ਜ਼ਿੰਦਗੀ ਸਮਝ ਨਹੀਂ ਆਏਗੀ, ਜਿਸ ਵੇਲੇ ਜਮ ਤੇਰੇ ਡੰਡੇ ਲੈ ਕੇ ਖੜੇ ਹੋਣਗੇ ਉਸ ਵੇਲੇ ਤੈਨੂੰ ਸਮਝ ਆਏਗੀ ਤੇਰੇ ਘਰ ਕੌਣ ਹੈ, ਪਰ ਬਲਹਾਰ ਜਾ ਆਪਣੇ ਪੁੱਤਰ ਤੋਂ, ਅੰਤ ਵੇਲੇ ਵੀ ਇਹਨਾਂ ਦਾ ਨਾਮ ਲਏਗਾ, ਅੰਤ ਵੇਲੇ ਵੀ ਇਹ ਤੈਨੂੰ ਤਾਰ ਦੇਣਗੇ। ਪੂਰੀ ਜ਼ਿੰਦਗੀ ਮਹਿਤਾ ਕਾਲੂ ਜੀ ਨੇ ਕੇਵਲ ਇੱਕ ਪਿਤਾ ਦੀ ਅੱਖ ਨਾਲ ਵੇਖਿਆ, ਸਮਝ ਹੀ ਨਹੀਂ ਆ ਸਕੀ ਕਿ ਇਹ ਪੁਰਖ ਸਾਡੇ ਘਰ ਕੌਣ ਆਇਆ ਹੈ। ਗੁਰਮੁਖੋ ਪਰਤ ਕੇ ਜਦੋਂ ਗਾਈਆਂ ਮੱਝਾਂ ਵਾਲਾ ਕੰਮ ਨਾ ਸਿਰੇ ਚੜਿਆ, ਸੌਦੇ ਵਾਲਾ ਕੰਮ ਨਾ ਸਿਰੇ ਚੜਿਆ, ਕਈ ਕੰਮ ਦਿੱਤੇ ਪਰ ਸੰਸਾਰਿਕ ਅੱਖ ਤੋਂ ਵੇਖੋਗੇ ਤੇ ਕੋਈ ਸਿਰੇ ਨਹੀਂ ਚੜਿਆ, ਪਰ ਦਰਗਾਹੀ ਅੱਖ ਤੋਂ ਵੇਖੋਗੇ ਤੇ ਸਾਰੇ ਹੀ ਸਿਰੇ ਚੜ ਗਏ, ਔਰ ਅੱਜ ਵੀ ਉਹ ਮਾਨੋ ਸਿਰੇ ਚੜੇ ਹੋਏ ਨੇ, ਉਹਨਾਂ ਨੂੰ ਕੋਈ ਤਾਰਨ ਵਾਲਾ ਦੁਨੀਆ ਤੇ ਰਿਹਾ ਨਹੀਂ। ਇਸ ਕਰਕੇ ਧੰਨ ਧੰਨ ਬਾਬਾ ਨਾਨਕ ਜੀ ਇੱਕ ਦਿਨ ਆਰਾਮ ਕਰਨ ਵਾਸਤੇ ਚਾਦਰ ਲੈ ਕੇ ਸੁੱਤੇ ਨੇ, ਮਾਤ ਤ੍ਰਿਪਤਾ ਜੀ ਨੇ ਆਵਾਜ਼ ਮਾਰੀ, ਵੇ ਨਾਨਕ ਪੁੱਤਰ ਉੱਠ। ਬਾਬਾ ਨਾਨਕ ਜੀ ਉੱਠੇ ਕੋਈ ਨਾ, 2 ਵਾਰ ਆਵਾਜ਼ਾਂ ਮਾਰੀਆਂ, ਵੇ ਉੱਠ ਲੰਗਰ ਪ੍ਰਸ਼ਾਦ ਛਕ। ਬਾਬਾ ਜੀ ਧੁੱਪੇ ਪਏ ਹੋਏ ਨੇ ਚਾਦਰ ਲੈ ਕੇ, ਤੇ ਪਰਤ ਕੇ ਉਹਨਾਂ ਆਪਣੀ ਇੱਕ ਨੌਕਰਾਨੀ ਦਾਸੀ ਸੀ, ਦਾਸੀ ਤੁਲਸਾ, ਤੇ ਤੁਲਸਾ ਨੂੰ ਸ਼ਬਦ ਕਿਹਾ, ਵੇ ਤੁਲਸਾ ਦੇਖ ਤਾਂ ਸਹੀ ਕਿ ਨਾਨਕ ਲੇਟਿਆ ਹੋਇਆ ਉੱਠਦਾ ਨਹੀਂ, ਇਸ ਨੂੰ ਉਠਾ। ਜਿਸ ਵੇਲੇ ਦਾਈ ਉਹ ਤੁਲਸਾ ਦਾਸੀ ਆਈ ਤੇ ਉਹਨੇ ਆ ਕੇ ਆਵਾਜ਼ ਮਾਰੀ, ਨਾਨਕ ਜੀ ਉੱਠੋ। ਬਾਬਾ ਜੀ ਨਾ ਉੱਠੇ ਤੇ ਉਹਨੇ ਸੋਚਿਆ, ਮਨਾ ਇਹ ਚਾਦਰ ਚੁੱਕਣੀ ਠੀਕ ਨਹੀਂ ਮੇਰੇ ਮਾਲਕ ਨੇ। ਉਹਨੇ ਕੀ ਵੇਖਿਆ, ਚਾਦਰ ਦੇ ਬਾਹਰ ਬਾਬਾ ਜੀ ਦੇ ਚਰਨਾਂ ਦਾ ਅੰਗੂਠਾ ਨਜ਼ਰ ਆਇਆ। ਉਹ ਚਰਨਾਂ ਵਾਲੇ ਪਾਸੇ ਆਈ, ਉਹਨੇ ਸੋਚਿਆ ਮੈਂ ਹੱਥ ਕੀ ਲਗਾਉਣਾ ਹੈ, ਉਹਨੇ ਆਪਣਾ ਮੱਥਾ ਰਗੜ ਦਿੱਤਾ ਬਾਬੇ ਨਾਨਕ ਦੇ ਚਰਨਾਂ ਦੇ ਅੰਗੂਠੇ ਨਾਲ। ਜਿਸ ਵੇਲੇ ਮੱਥਾ ਰਗੜਿਆ ਤੇ ਮਾਨੋ 3 ਲੋਕਾਂ ਦੀ ਸੋਝੀ ਉਸ ਤੁਲਸਾ ਦਾਸੀ ਨੂੰ ਹੋ ਗਈ ਤੇ ਉੱਠ ਕੇ ਕਹਿਣ ਲੱਗੀ, ਤ੍ਰਿਪਤਾ ਮਾਂ ਇਹ ਤੇਰਾ ਪੁੱਤਰ ਨਹੀਂ, ਇਹ ਤੇਰਾ ਪੁੱਤਰ ਨਹੀਂ, ਇਹ ਨਿਰੰਕਾਰ ਹੈ, ਨਿਰੰਕਾਰ ਹੈ। ਤੇ ਇਕਦਮ ਮਾਈ ਨੇ ਸ਼ਬਦ ਕਿਹਾ, ਤੁਲਸਾ ਤੂੰ ਹੋ ਗਈ ਕਮਲੀ, ਤੂੰ ਹੋ ਗਈ ਕਮਲੀ, ਤੂੰ ਹੋ ਗਈ ਝੱਲੀ। ਤੇ ਅੱਗੋਂ ਬਾਬਾ ਨਾਨਕ ਜੀ ਉੱਠ ਕੇ ਕਹਿਣ ਲੱਗੇ, ਮਾਈ ਹੈ ਤੇ ਝੱਲੀ ਪਰ ਰੱਬ ਦੇ ਘਰ ਸਵੱਲੀ। ਕਹਿੰਦੇ ਤੇਰੇ ਭਾਣੇ ਝੱਲੀ ਹੈ ਪਰ ਰੱਬ ਦੇ ਘਰ ਹੁਣ ਇਹ ਸਵੱਲੀ ਹੋ ਗਈ ਹੈ, ਕਿਉਂਕਿ ਅਗੰਮੀ ਖੇਡ ਇਸ ਦੇ ਹਿਰਦੇ ਵਿੱਚ ਵਾਪਰ ਗਈ ਹੈ। ਜਿਸ ਵੇਲੇ ਫਿਰ ਬਾਬਾ ਜੀ ਦਾ ਹੁਣ ਆਨੰਦ ਕਾਰਜ ਦਾ ਵੇਲ ਆਇਆ ਹੈ, ਤੇ ਦੇਖੋ ਆਨੰਦ ਕਾਰਜ ਧੰਨ ਧੰਨ ਮਾਤਾ ਸੁਲੱਖਣੀ ਜੀ ਨਾਲ ਜਦੋਂ ਹੋਇਆ ਹੈ, ਤੇ ਹੋਣ ਤੋਂ ਪਹਿਲਾਂ ਜਦੋਂ ਬਰਾਤ ਪਿੰਡ ਵਿੱਚ ਗਈ, ਹੁਣ ਜਿਹੜਾ ਬੰਦਾ ਨਸ਼ੇ ਵਰਤਦਾ ਹੈ ਉਹਦੇ ਸਾਥੀ ਨਸ਼ੇ ਵਾਲੇ ਬਰਾਤਾਂ ਵਿੱਚ ਜਾਂਦੇ ਨੇ,
ਜਿਹੜਾ ਕਿਸੇ ਚੰਗੇ ਵਿਆਪਾਰ ਵਿੱਚ ਹੈ, ਚੰਗੇ ਵਿਆਪਾਰੀ ਨਾਲ ਜਾਂਦੇ ਨੇ, ਤੇ ਜਿਹੜਾ ਬੰਦਾ ਜਪਣ ਵਾਲਾ ਜੇ, ਫਿਰ ਜਪਣ ਵਾਲੇ ਹੀ ਨਾਲ ਜਾਣਗੇ। ਪਤਾ ਨਹੀਂ ਕਿੱਥੋਂ ਕਿੱਥੋਂ ਫਕੀਰ ਆ ਕੇ ਬਾਬੇ ਦੀ ਬਰਾਤ ਵਿੱਚ ਸ਼ਾਮਲ ਹੋ ਗਏ, ਤੇ ਜਿਸ ਵੇਲੇ ਫਕੀਰਾਂ ਦੀ ਬਰਾਤ ਪਿੰਡ ਪਹੁੰਚੀ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਤੇ ਧੀ ਤੋਰਨੀ ਨਹੀਂ ਇਹਨਾਂ ਨਾਲ, ਇਹ ਤੇ ਫਕੀਰ ਨੇ ਸਾਰੇ, ਇਹ ਤੇ ਪਤਾ ਨਹੀਂ ਗੱਲਾਂ ਕਿਹੋ ਜਿਹੀਆਂ ਕਰਦੇ ਪਏ ਨੇ। ਕੋਈ ਬੈਂਡ ਬਾਜਾ ਨਹੀਂ, ਕੋਈ ਨੱਚ ਟੱਪ ਨਹੀਂ, ਇਹ ਕੋਈ ਉੱਧਰ ਸਿਮਰਨ ਕਰਦਾ ਪਿਆ, ਕੋਈ ਉੱਧਰ। ਤੇ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਵੀ ਇਹਨਾਂ ਨੂੰ ਅਸੀਂ ਆਪਣੀ ਧੀ ਨਹੀਂ ਦੇਣੀ। ਤੇ ਪਿੰਡ ਵਾਲੇ ਸਰਪੰਚ ਨੇ ਕਹਿ ਦਿੱਤਾ ਕਿ ਜਿਹੜਾ ਪਿੰਡ ਦਾ ਇੱਕ ਮਕਾਨ ਹੈ ਜਿਹਦੀ ਇੱਕ ਬਰਲੇ ਪੰਨੀ ਦੀ ਦੀਵਾਰ ਬਹੁਤ ਜਰਜਰ ਹੈ ਤੇ ਹਵਾ ਨਾਲ ਉਹ ਹਿਲ ਰਹੀ ਹੈ, ਕਹਿੰਦੇ ਇਸ ਲਾੜੇ ਨੂੰ ਉੱਥੇ ਬਿਠਾ ਦਿਓ, ਬਸ ਕੁਝ ਕੁ ਸਮੇਂ ਵਿੱਚ ਦੀਵਾਰ ਡਿੱਗੇਗੀ ਤੇ ਇਹਦੇ ਉੱਤੇ ਡਿੱਗ ਪਏਗੀ। ਜੇ ਲਾੜਾ ਹੀ ਮਰ ਗਿਆ ਤੇ ਵਿਆਹ ਕਿਹਦੇ ਨਾਲ ਹੋਣਾ ਹੈ? ਬਾਬੇ ਨਾਨਕ ਦਾ ਮੰਜਾ ਉੱਥੇ ਰੱਖ ਦਿੱਤਾ। ਹੁਣ ਬਾਬਾ ਨਾਨਕ ਜੀ ਉਸ ਮੰਜੇ ਦੇ ਉੱਤੇ ਸੁਭਾਏਮਾਨ ਹੋ ਗਏ ਤੇ ਕੁਝ ਕੁ ਸਮਾਂ ਅਜੇ ਬਤੀਤ ਹੋਇਆ, ਪਿੰਡ ਦੀ ਇੱਕ ਬਜ਼ੁਰਗ ਮਾਈ ਆਈ। ਉਹ ਕਹਿਣ ਲੱਗੀ ਵੀ ਚੰਨ ਵਰਗੇ ਸੋਨੇ ਮੁਖੜੇ ਵਾਲਿਆ, ਕਹਿੰਦੇ ਦੇਖ ਪੁੱਤਰਾ ਤੈਨੂੰ ਕਿੱਥੇ ਬਿਠਾ ਛੱਡਿਆ ਹੈ, ਇਹ ਜਿਹੜੀ ਦੀਵਾਰ ਹੈ ਦੇਖ ਹਿਲਦੀ ਪਈ ਹੈ ਹਵਾ ਨਾਲ, ਇਹ ਹੁਣ ਨਹੀਂ ਤੇ ਥੋੜੀ ਦੇਰ ਬਾਅਦ ਡਿੱਗਣ ਵਾਲੀ ਹੈ। ਮੈਂ ਤੈਨੂੰ ਬੇਨਤੀ ਕਰਨੀ ਆ ਪੁੱਤਰਾ, ਆਪਣਾ ਮੰਜਾ ਇੱਥੋਂ ਹਟਾ ਕੇ ਦੂਜੇ ਪਾਸੇ ਰੱਖ। ਤੇ ਧੰਨ ਬਾਬੇ ਨਾਨਕ ਨੇ ਕਿਹਾ, ਮਾਈ ਤੇਰਾ ਸ਼ੁਕਰ, ਮਾਈ ਤੇਰਾ ਸ਼ੁਕਰ, ਤੂੰ ਮੈਨੂੰ ਇਹ ਗੱਲ ਦੱਸੀ ਕਿ ਦੀਵਾਰ ਢਹਿਣ ਵਾਲੀ ਹੈ, ਪਰ ਮਾਈ ਅਸੀਂ ਵੀ ਤੈਨੂੰ ਦੱਸ ਦਈਏ, ਆ ਜਿਤਨੇ ਤੂੰ ਪਿੰਡਾਂ ਅੰਦਰ ਇੱਟਾਂ ਪੱਥਰਾਂ ਦੇ ਵੇਖਦੀ ਪਈ ਹੈ, ਸਮਾਂ ਆਏਗਾ ਇਹ ਮਕਾਨ ਤਾਂ ਢਹਿ ਜਾਣਗੇ ਪਰ ਇਹ ਕੱਚੀ ਦੀਵਾਰ ਜੁਗੋ ਜੁਗ ਅਟਲ ਰਹੇਗੀ। ਆਖੋ ਸਤਨਾਮ ਸ੍ਰੀ, ਕਿਉਂਕਿ ਗੁਰਮੁਖੋ ਅੱਜ ਵੀ ਆਪ ਤੱਕੋ, ਆਪ ਜੀ ਜਾਓ ਤੇ ਉਸ ਅਸਥਾਨ ਤੇ ਬਾਕੀ ਮਕਾਨ ਕੋਈ 50 ਸਾਲ ਪੁਰਾਣਾ, ਕੋਈ 30 ਸਾਲ, ਕੋਈ 60 ਸਾਲ, ਕੋਈ 70 ਸਾਲ, ਪਰ ਬਾਬੇ ਨਾਨਕ ਦੇ ਅਨੰਦ ਕਾਰਜ ਦੀ ਇੱਕੋ ਇੱਕ ਦੀਵਾਰ ਹੈ। ਅੱਜ ਵੀ ਗੁਰਦੁਆਰਾ ਕੰਧ ਸਾਹਿਬ ਉੱਥੇ ਹੈ, ਗੁਰੂ ਨਾਨਕ ਬਾਬਿਆ ਜਿੱਥੇ ਤੂੰ ਚੌਂਕੜਾ ਮਾਰ ਲੈ ਉੱਥੇ ਕੱਚੀਆਂ ਦੀਵਾਰਾਂ ਵੀ ਪੱਕੀਆਂ ਹੋ ਜਾਂਦੀਆਂ ਨੇ। ਜਿੱਥੇ ਗੁਰੂ ਨਾਨਕ ਦਾ ਅੰਦਰ ਦਾ ਸਿਦਕ ਕੋਈ ਸਿੱਖ ਰੱਖੇ, ਉਹ ਸਿਦਕ ਕਦੇ ਵੀ ਦੁਨੀਆਂ ਦੇ ਅੰਦਰ ਡੋਲੇਗਾ ਨਹੀਂ, ਤੇ ਸਿੱਖ ਸਦਾ ਅਟਲ ਰਹਿ ਕੇ ਆਪਣੇ ਗੁਰੂ ਕੀ ਸੇਵਾ ਵਿੱਚ ਜੁੜਿਆ ਰਹੇਗਾ। ਪਰਤ ਕੇ ਭੈਣ ਨਾਨਕੀ ਜੀ ਦੇ ਕੋਲ ਭੇਜ ਦਿੱਤਾ ਮਹਿਤਾ ਕਾਲੂ ਜੀ ਨੇ। ਇਹ ਕੁਝ ਨਹੀਂ ਕਰਦਾ, ਅਸੀਂ ਜਿੱਥੇ ਇਸ ਨੂੰ ਪਾਇਆ ਇਹ ਹਰ ਥਾਂ ਤੇ ਕੰਮ ਵਿਗਾੜ ਦਿੰਦਾ ਹੈ, ਨਾਨਕੀ ਇਸ ਨੂੰ ਕਿਤੇ ਲਗਵਾ ਦੇ। ਇੱਕ ਪਿਤਾ ਦੀ ਅੱਖ ਨਾਲ ਵੇਖਿਆ ਤੇ ਭਾਈਆ ਜੈਰਾਮ ਜੀ ਨੇ ਫਿਰ ਦੌਲਤ ਖਾਂ ਨੂੰ ਕਹਿ ਕੇ ਮੋਦੀ ਖਾਨੇ ਵਿੱਚ ਲਗਵਾ ਦਿੱਤਾ ਬਾਬੇ ਨਾਨਕ ਨੂੰ। ਬਾਬਾ ਜੀ ਨੇ ਮੋਦੀ ਖਾਨੇ ਦੇ ਅੰਦਰ ਵੀ ਸੱਚੀ ਸੁੱਚੀ ਕਿਰਤ ਕੀਤੀ ਗੁਰਮੁਖੋ। ਉਸ ਵੇਲੇ ਕੀ ਸੀ ਕਿ ਜਿਹੜਾ ਸਮਾਨ ਤੋਲਣ ਵਾਲਾ ਹੁੰਦਾ ਸੀ ਤੇ ਉਹ ਦਸਵਾਂ ਹਿੱਸਾ ਆਪ ਰੱਖ ਲੈਂਦਾ ਸੀ ਬਿਨਾਂ ਕਿਸੇ ਤੋਂ ਪੁੱਛਿਆਂ। ਉਹ ਕਹਿੰਦਾ ਸੀ ਇਹ ਮੇਰਾ ਹੱਕ ਹੈ, ਲੋੜਵੰਦ ਲੋਕ ਕੀ ਕਰਨ। ਉਹ ਕਹਿ ਦਿੰਦੇ ਸਨ ਚਲੋ 9 ਹਿੱਸੇ ਮਿਲਦੇ ਪਏ ਨੇ, 9 ਹੀ ਸਹੀ। ਅੱਜ ਬਾਬੇ ਨਾਨਕ ਨੇ ਪਹਿਲੀ ਵਾਰ ਜਦੋਂ ਤੱਕੜੀ ਨੂੰ ਪਕੜਿਆ ਤੇ ਜਿਹੜਾ ਸਮਾਨ ਬਾਬੇ ਨੇ ਤੋਲਿਆ ਉਹ ਸਾਰਾ ਉਹਦੀ ਝੋਲੀ ਵਿੱਚ ਪਾ ਦਿੱਤਾ। ਉਹਨੇ ਪਰਤ ਕੇ 2 ਮੁੱਠਾਂ ਵਾਪਸ ਕਰਨਾ ਚਾਹਿਆ, ਬਾਬੇ ਨੇ ਕਿਹਾ ਇਹ ਕੀ? ਕਹਿੰਦੇ ਜੀ ਇੱਥੇ ਤੇ ਜਿਹੜਾ ਵੀ ਆਇਆ ਉਹ ਸਾਰੇ ਲੈਂਦੇ ਪਏ ਨੇ। ਬਾਬੇ ਨੇ ਕਿਹਾ ਮੈਂ ਪਰਾਇਆ ਹੱਕ ਖਾਣ ਨਹੀਂ ਆਇਆ, ਮੈਂ ਤੇ ਰੱਬ ਦੀ ਸੱਚੀ ਸੁੱਚੀ ਕਿਰਤ ਕਰਨ ਵਾਸਤੇ ਆਇਆ ਵਾਂ। ਕਈ ਦਿਨ ਸਮਾਂ ਬਤੀਤ ਹੋਇਆ, ਅੱਜ ਭਾਈ ਭਗੀਰਥ ਨਾਮ ਦਾ ਬੰਦਾ ਆਇਆ ਤੇ ਉਹਨੇ ਆ ਕੇ ਅਰਜ਼ ਕੀਤੀ, ਕਹਿਣ ਲੱਗੇ ਐ ਮੋਦੀਆ ਮੇਰੀ ਲੋੜ ਬਹੁਤ ਹੈ ਪਰ ਮੇਰੇ ਕੋਲੇ ਟਕਾ ਮਾਇਆ ਬਹੁਤਾ ਨਹੀਂ ਤੇ ਮੈਂ ਚਾਹੁੰਦਾ ਵਾਂ ਤੂੰ ਕੁਝ ਅਨਾਜ ਮੈਨੂੰ ਵੱਧ ਦੇ ਦੇ। ਬਾਬੇ ਨਾਨਕ ਨੇ ਕਿਹਾ ਤੂੰ ਆਪਣੇ ਭਾਂਡੇ ਕਰ ਸੱਜਣਾ, ਅੱਜ ਤੀਕਰ ਦੁਨੀਆ ਅੱਗੇ ਭਾਂਡੇ ਫੈਲਾਏ ਹੋਣਗੇ ਤੇ ਤੇਰੇ ਭਾਂਡੇ ਖਾਲੀ ਰਹਿਣਗੇ, ਅੱਜ ਤੂੰ ਭਾਂਡਾ ਗੁਰੂ ਨਾਨਕ ਅੱਗੇ ਕੀਤਾ ਜੇ, ਗੁਰੂ ਨਾਨਕ ਅੱਗੇ ਕੀਤਾ ਭਾਂਡਾ ਕਦੇ ਖਾਲੀ ਨਹੀਂ ਰਹਿੰਦਾ, ਗੁਰੂ ਤੇ ਉਸ ਭਾਂਡੇ ਨੂੰ ਨਕਾਨਕ ਭਰ ਦਿੰਦਾ ਹੈ, ਭਾਵੇਂ ਉਹ ਭਾਂਡਾ ਦੁਨੀਆਵੀ ਹੋਵੇ ਤੇ ਭਾਵੇਂ ਅੰਦਰ ਦੇ ਹਿਰਦੇ ਦਾ ਹੋਵੇ। ਇੱਕ ਸ਼ਬਦ ਕਿਹਾ ਬਾਬਾ ਨਾਨਕ ਤੋਲਦਾ ਰਿਹਾ, ਭਗੀਰਥ ਕਹਿਣ ਲੱਗਾ 6 ਹੋ ਗਏ, ਬਾਬੇ ਨੇ ਕਿਹਾ 7, ਪਰਤ ਕੇ ਫਿਰ ਕਿਹਾ ਬਾਬਾ 12 ਹੋ ਗਏ, ਬਾਬੇ ਨੇ ਕਿਹਾ 13,
ਕਹਿੰਦਾ ਜੀ 16 ਹੋ ਗਏ। ਬਾਬੇ ਨੇ ਕਿਹਾ ਨਹੀਂ 13 ਹੀ 13, ਹੁਣ 13 ਹੀ 13, 13 13 ਕਰਦੇ ਆ। ਉਸ ਤੇਰੇ ਅਗੰਮੀ ਖੇਡ ਵਿੱਚ ਜੀਵਨ ਇਹੋ ਚੱਲਿਆ ਗਿਆ, ਜਿਹੜਾ ਥੱਲੇ ਬੈਠੇ ਆ ਉਹਦਾ ਵੀ ਚੌਂਕੜਾ, ਜਿਹੜਾ ਉੱਪਰ ਬਾਬਾ ਨਾਨਕ ਬੈਠੇ ਆ ਉਹਦਾ ਵੀ ਚੌਂਕੜਾ। 13 13 ਕਰਦੇ ਆ, ਪਤਾ ਨਹੀਂ ਕਿਤਨੇ ਕੁ ਭਾਂਡੇ ਭਰ ਦਿੱਤੇ ਗੁਰੂ ਨਾਨਕ ਨੇ। ਤੇ ਜਿਸ ਵੇਲੇ ਇਹ ਗੱਲ ਪਹੁੰਚੀ, ਜਾ ਕੇ ਦੌਲਤ ਖਾ ਆਇਆ, ਆਪਣੇ ਬੰਦਿਆਂ ਨੂੰ ਲੈ ਕੇ ਆਇਆ, ਕਿਹਾ ਨਾਨਕ ਇਹ ਕੀ ਕਰਦਾ ਪਿਆ ਹੈ, ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਮੋਦੀ ਖਾਨੇ ਵਿੱਚ 13 13 ਕਰਕੇ ਤੋਲਦਾ ਪਿਆ, ਜੇ ਯੋਂ ਹੀ ਤੋਲਦਾ ਰਹੇਗਾ ਤੇ ਇੱਕ ਦਿਨ ਮੋਦੀ ਖਾਨਾ ਲੁੱਟਿਆ ਜਾਏਗਾ। ਬਾਬੇ ਨਾਨਕ ਨੇ ਸ਼ਬਦ ਵਰਤਿਆ ਦੌਲਤ ਖਾਂ, 13 13 ਕਰਕੇ ਕੋਈ ਨਹੀਂ ਲੁੱਟਿਆ ਗਿਆ, ਜੋ ਵੀ ਲੁੱਟਿਆ ਗਿਆ ਹੈ ਮੇਰਾ ਮੇਰਾ ਕਰਕੇ ਲੁੱਟਿਆ ਗਿਆ। ਜਿਸ ਦੇ ਅੰਦਰ ਹਉਮੈ ਆ ਗਈ, ਜਿਸ ਦੇ ਅੰਦਰ ਅਹੰਕਾਰ ਆ ਗਿਆ, ਉਹ ਬੰਦਾ ਤੇ ਮਾਨੋ ਲੁੱਟਿਆ ਗਿਆ। 13 13 ਕਰਕੇ ਤੇ ਵਸੀਦਾ ਹੈ, ਲੁੱਟੇ ਤੇ ਹਉਮੈ ਕਰਕੇ ਜਾਈਦਾ ਹੈ। ਬਾਬਾ ਨਾਨਕ ਜੀ ਨੇ 3 ਵਾਰ ਉੱਥੇ ਆਪਣਾ ਹਿਸਾਬ ਕਿਤਾਬ ਦਿੱਤਾ, ਪਰ ਬਾਬਾ ਨਾਨਕ ਜੀ ਦੀ ਮਾਇਆ ਵੱਧ ਨਿਕਲੀ ਉਸ ਦੌਲਤ ਖਾਂ ਵੱਲ। ਕਿਉਂਕਿ ਗੁਰਮੁਖੋ, ਬਾਬਾ ਨਾਨਕ ਜੀ ਆਪ ਜਿੱਥੇ ਕਮਾਈ ਕਰਦੇ ਸਨ, ਆਪਣੀ ਤਨਖਾਹ ਆਦਿਕ ਜੋ ਵੀ ਸੀ ਸਾਰੇ ਦਾ ਸਾਰਾ ਉਹ ਉਹਦੇ ਵਿੱਚ ਹੀ ਪਾ ਦਿੰਦੇ ਸਨ। ਤੇ ਪਰਤ ਕੇ ਸਮਾਂ ਇਉਂ ਬਣਿਆ ਕਿ ਬਾਬੇ ਨੇ ਸੋਚਿਆ ਇਹ ਕਾਤਕ ਇਹਨਾਂ ਕੱਚੇ ਲੋਕਾਂ ਦੀ ਨੌਕਰੀ ਕਰਦੇ ਰਵਾਂਗੇ, ਮਨਾ ਹੁਣ ਪੱਕੇ ਖਸਮ ਦੀ ਨੌਕਰੀ ਕਰੀਏ। ਬਾਬਾ ਜੀ ਨੇ ਉਹ ਜਿਹੜਾ ਮੋਦੀ ਖਾਨੇ ਦਾ ਕੰਮ ਛੱਡ ਦਿੱਤਾ, ਪਰ ਸੁਲਤਾਨਪੁਰ ਲੋਧੀ ਵਿੱਚ ਬਾਬਾ ਜੀ ਨੇ ਸੰਗਤ ਕਰਨੀ ਨਾ ਛੱਡੀ। ਉੱਥੇ ਭਾਈ ਮਰਦਾਨੇ ਦੀਆਂ ਰਬਾਬਾਂ ਵੱਜਦੀਆਂ ਰਹੀਆਂ ਤੇ ਵੇਈ ਨਦੀ ਦੇ ਅੰਦਰ ਬਾਬਾ ਨਾਨਕ ਜੀ ਜਿਸ ਵੇਲੇ ਇਸ਼ਨਾਨ ਕਰਨ ਆਏ, ਤੇ ਇਤਿਹਾਸ ਕਹਿੰਦਾ ਗੁਰਮੁਖੋ 3 ਦਿਨ ਤੱਕ ਬਾਬਾ ਨਾਨਕ ਜੀ ਵੇਈ ਨਦੀ ਦੇ ਅੰਦਰ ਰਹੇ। ਲੋਕਾਂ ਨੇ ਕਿਸੇ ਨੇ ਕਿਹਾ ਡੁੱਬ ਗਿਆ, ਕਿਸੇ ਨੇ ਕਿਹਾ ਰੁੜ ਗਿਆ, ਕਿਸੇ ਨੇ ਕਿਹਾ ਮਰ ਗਿਆ, ਪਰ ਬੇਬੇ ਨਾਨਕੀ ਦੇ ਸ਼ਬਦ ਸਨ, ਕਹਿੰਦੇ ਇਹ ਮੇਰਾ ਵੀਰ ਨਹੀਂ ਹੈ, ਇਹ ਤਾਂ ਮੇਰਾ ਪੀਰ ਹੈ, ਤੇ ਇਹ ਆਪ ਡੁੱਬਣ ਵਾਸਤੇ ਨਹੀਂ ਆਇਆ, ਇਹ ਤਾਂ ਲੋਕਾਂ ਨੂੰ ਤਾਰਨ ਵਾਸਤੇ ਆਇਆ ਹੈ। ਪੂਰਨ ਨਿਸ਼ਚਾ ਬੇਬੇ ਨਾਨਕੀ ਦਾ। ਤੇ ਜਿਸ ਵੇਲੇ 3ਜੇ ਦਿਨ ਬਾਬਾ ਨਾਨਕ ਜੀ ਆਏ, ਤੇ ਬਾਬੇ ਨਾਨਕ ਨੇ ਫਿਰ ਪਹਿਲਾ ਸ਼ਬਦ ਕਿਹਾ, ਨਾ ਹਮ ਹਿੰਦੂ ਨਾ ਮੁਸਲਮਾਨ, ਸ਼ਬਦ ਬਾਬੇ ਦੇ ਨੇ ਗੁਰਮੁਖੋ, ਸ਼ਬਦ ਇਹ ਸਨ, ਨਾ ਹਮ ਹਿੰਦੂ ਤੇ ਨਾ ਮੁਸਲਮਾਨ, ਭਾਵ ਅਕਾਲ ਪੁਰਖ ਪਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ, ਇਹ ਦੁਨੀਆ ਦੀਆਂ ਜਾਤਾਂ ਪਾਤਾਂ ਬੰਦੇ ਨੇ ਊਂਚ ਨੀਚ ਆਪ ਪੈਦਾ ਕੀਤੀ। ਤੇ ਜਿਸ ਵੇਲੇ ਸ਼ਮਸ਼ਾਨ ਵਿੱਚ ਬਹਿ ਕੇ ਬਾਬੇ ਨੇ ਇਹ ਗਾਵਿਆ, ਤੇ ਕਾਜ਼ੀ ਤੇ ਨਵਾਬ ਕਹਿਣ ਲੱਗੇ, ਜੇ ਤੁਸੀਂ ਉੱਚਾ ਨੀਵਾਂ ਨਹੀਂ ਮੰਨਦੇ ਤੇ ਸਾਡੇ ਨਾਲ ਆ ਕੇ ਨਮਾਜ਼ ਅਦਾ ਕਰੋ। ਬਾਬੇ ਨਾਨਕ ਨੇ ਅੰਦਰ ਪੈਰ ਰੱਖਿਆ ਮਸੀਤ ਦੇ, ਦੌਲਤ ਖਾਂ ਨਵਾਬ ਔਰ ਕਾਜ਼ੀ ਨੇ ਨਮਾਜ਼ ਅਦਾ ਕੀਤੀ। ਬਾਬਾ ਜੀ ਖੜੇ ਰਹੇ ਤੇ ਉਹਨਾਂ ਕਿਹਾ ਕਿ ਤੁਸੀਂ ਤੇ ਕਿਹਾ ਸੀ ਨਮਾਜ਼ ਪੜਾਂਗਾ, ਸਾਡੇ ਨਾਲ ਪੜ੍ਹੀ ਕਿਉਂ ਨਾ? ਬਾਬੇ ਨੇ ਕਿਹਾ, ਕਾਜ਼ੀ ਮੱਥੇ ਤੇ ਨਿਸ਼ਾਨ ਪਾਵਣ ਦਾ ਅਰਥ ਨਮਾਜ਼ ਨਹੀਂ ਹੁੰਦਾ, ਤੇਰਾ ਮਨ ਤੇ ਆਪਣੇ ਘਰ ਦੇ ਵਿੱਚ ਘੋੜੇ ਨੇ ਜਿਹੜਾ ਵਛੇਰਾ ਦਿੱਤਾ ਹੈ ਉਹਦੇ ਵਿੱਚ ਪਿਆ ਹੈ। ਤੇ ਬਚਨ ਕਿਹਾ, ਦੌਲਤ ਖਾਂ ਨਵਾਬ ਤੇਰਾ ਮਨ ਕਾਬੁਲ ਤੋਂ ਘੋੜੇ ਪਿਆ ਖਰੀਦਦਾ ਹੈ, ਮਨ ਤੇ ਤੁਹਾਡੇ ਹਾਜ਼ਰ ਕੋਈ ਨਹੀਂ। ਪਰਤ ਕੇ ਬਾਬਾ ਜੀ ਨੇ ਉਹ ਛੱਡ ਦਿੱਤਾ ਅਸਥਾਨ, ਤੇ ਬਾਬਾ ਜੀ ਫਿਰ ਵਾਪਸ ਆਏ ਆਪਣੇ ਅਸਥਾਨ ਤੇ। ਤੇ ਮਹਾਰਾਜ ਨੇ ਫਿਰ ਪਰਤ ਕੇ ਹੁਣ ਉਦਾਸੀਆਂ ਕੀਤੀਆਂ। ਗੁਰਮੁਖੋ, ਪਹਿਲੀ ਉਦਾਸੀ ਬਾਬੇ ਨੇ ਜਿਹੜੀ ਕੀਤੀ ਹੈ ਉਹ ਪੂਰਬ ਵਾਲੇ ਪਾਸੇ ਨੂੰ ਕੀਤੀ। ਹਰਿਦੁਆਰ ਦੀ ਧਰਤੀ ਤੇ ਬਾਬਾ ਜੀ ਆਏ, ਇੱਥੇ ਪਾਂਡਿਆਂ ਨੂੰ ਸਮਝਾਇਆ ਕਿ ਮਰੇ ਹੋਏ ਲੋਕਾਂ ਨੂੰ ਪਾਣੀ ਇਉਂ ਨਹੀਂ ਚੜਾਈਦਾ, ਜਿੰਦਿਆਂ ਜੀ ਆਪਣੇ ਮਾਤ ਪਿਤਾ ਦੀ ਸੇਵਾ ਕਰੋ ਤੇ ਜੀਵਨ ਦੀਆਂ ਖੁਸ਼ੀਆਂ ਮਾਣੋ। ਜਿੱਥੇ ਗੋਰਖ ਮਤਾ ਸੀ, ਲੋਕ ਗੋਰਖ ਦੇ ਪੁਜਾਰੀ ਸਨ, ਬਾਬੇ ਨਾਨਕ ਨੂੰ ਉਹਨਾਂ ਲੋਕਾਂ ਨੇ ਕਰਾਮਾਤਾਂ ਦਿਖਾਈਆਂ, ਬਾਬੇ ਅੱਗੇ ਕੋਈ ਕਰਾਮਾਤ ਨਾ ਚੱਲੀ। ਤੇ ਜਿੱਥੇ ਨਾਮ ਇੰਨੇ 100 ਸਾਲਾਂ ਦਾ ਗੋਰਖ ਮਤਾ ਚੱਲਦਾ ਆਉਂਦਾ ਸੀ, ਜਿੱਥੇ ਬਾਬੇ ਨਾਨਕ ਨੇ ਚਰਨ ਟਿਕਾ ਦਿੱਤੇ, ਨਾਮ ਹੀ ਉਹਦਾ ਨਾਨਕ ਮਤਾ ਪੈ ਗਿਆ। ਜੇ ਬਾਬਾ ਜੀ ਨੇ ਕੌੜੇ ਰੀਠਿਆਂ ਨੂੰ ਮਿੱਠਾ ਕੀਤਾ। ਪਰਤ ਕੇ ਬਾਬਾ ਜੀ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ, ਤੇ ਜਿਸ ਵੇਲੇ ਸਾਲਸ ਰਾਏ ਜੋਹਰੀ ਨਾਲ ਬਾਬੇ ਦਾ ਮਿਲਾਪ ਹੋਇਆ, ਸਾਲਸ ਰਾਏ ਜੋਹਰੀ ਹੀਰੇ ਮੋਤੀਆਂ ਦੀ ਪਰਖ ਕਰਦਾ ਸੀ,
ਬਾਬੇ ਨੇ ਸ਼ਬਦ ਕਿਹਾ, ਸਾਲਸ ਰਾਏ ਅਜੇ ਕੇਵਲ ਪੱਥਰਾਂ ਦੀ ਪਰਖ ਕਰਨਾ ਪਿਆ ਸੱਜਣਾ, ਆਪਣੇ ਜੀਵਨ ਦੇ ਹੀਰੇ ਦੀ ਪਰਖ ਕਦੋਂ ਕਰੇਗਾ? ਇਹ ਤੇਰਾ ਨਾਮ ਜਪਣ ਤੋਂ ਬਿਨਾਂ ਅਜਾਈ ਜਾਂਦਾ ਪਿਆ ਹੈ। ਮਹਾਰਾਜ ਨੇ ਬ੍ਰਹਮ ਦੱਤ ਵਰਗਿਆਂ ਨੂੰ, ਮਹਾਰਾਜ ਨੇ ਕੇਸੋ ਪੰਡਿਤ ਵਰਗਿਆਂ ਨੂੰ, ਮਹਾਰਾਜ ਨੇ ਵੈਸ਼ਨੋ ਸਾਧ ਵਰਗਿਆਂ ਨੂੰ, ਪਤਾ ਨਹੀਂ ਕਿੰਨਿਆਂ ਨੂੰ ਗੁਰੂ ਪਿਤਾ ਮਹਾਰਾਜ ਨੇ ਸਿੱਧੇ ਰਸਤੇ ਪਾਇਆ ਤੇ ਪਰਤ ਕੇ ਦੂਜੀ ਉਦਾਸੀ ਬਾਬੇ ਨੇ ਸੁਮੇਰ ਪਰਬਤ ਵਾਲੇ ਪਾਸੇ ਕੀਤੀ। ਸੁਮੇਰ ਪਰਬਤ ਦੇ ਉੱਤੇ ਸਿੱਧ ਬੈਠੇ ਸਨ ਤੇ ਸਿੱਧਾਂ ਨੇ ਗੁਰੂ ਨਾਨਕ ਬਾਬੇ ਨੂੰ ਕਰਾਮਾਤਾਂ ਦਿਖਾਈਆਂ। ਪੂਰੇ ਦਾ ਪੂਰਾ ਤਲਾਬ ਸੋਨੇ ਚਾਂਦੀ ਨਾਲ ਭਰ ਦਿੱਤਾ, ਪਰ ਬਾਬੇ ਨੇ ਇਹ ਉਹਨਾਂ ਵੱਲ ਇੱਕ ਤੱਤੀ ਨਜ਼ਰ ਕਰਕੇ ਨਹੀਂ ਵੇਖਿਆ, ਕਿਉਂਕਿ ਬਾਬਾ ਆਪ ਨਿਰਲੇਪ ਸੀ ਗੁਰਮੁਖੋ। ਤੇ ਜਿਸ ਵੇਲੇ ਬਾਬੇ ਨਾਨਕ ਦਾ ਪ੍ਰਭਾਵ ਉਹਨਾਂ ਤੇ ਹੋਇਆ ਤੇ ਉਹਨਾਂ ਸ਼ਬਦ ਮੰਗਿਆ ਕਿ ਕੁਝ ਕਿਰਪਾ ਕਰੋ, ਬਾਬੇ ਨੇ ਕਿਹਾ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਇਹ ਤਿੰਨ ਸ਼ਬਦ ਕਹੇ ਤੇ ਉਹਨਾਂ ਸਿੱਧਾਂ ਨੇ ਕਿਹਾ, ਕਹਿੰਦੇ ਬਾਬਾ ਅਸੀਂ ਕਿਰਤ ਵੀ ਕਰ ਸਕਨੇ ਆ, ਠੀਕ ਹੈ ਅਸੀਂ ਹਲ ਵੀ ਵਾ ਲਵਾਂਗੇ। ਦੂਜਾ ਸ਼ਬਦ ਕਿਹਾ ਨਾਮ ਵੀ ਅਸੀਂ ਚੌਂਕੜਾ ਮਾਰ ਕੇ ਜਪਾਂਗੇ, ਪਰ ਆ ਜਿਹੜੇ ਤੀਜੀ ਗੱਲ ਕਹਿੰਦੇ ਉਹ ਵੰਡ ਛਕੋ, ਠੀਕ ਹੈ ਬਹੁਤਾ ਹੋਏ ਤੇ ਵੰਡ ਲਵਾਂਗੇ, ਥੋੜਾ ਕਿੱਥੋਂ ਵੰਡਾਂਗੇ। ਬਾਬੇ ਨੇ ਕਿਹਾ ਨਹੀਂ, ਥੋੜੇ ਵਿੱਚੋਂ ਥੋੜਾ ਵੰਡੋ। ਕਹਿੰਦੇ ਜੇ ਬਹੁਤ ਜ਼ਿਆਦਾ ਥੋੜਾ ਹੋਵੇ ਫਿਰ? ਕਹਿੰਦੇ ਥੋੜੇ ਵਿੱਚੋਂ ਥੋੜਾ ਵੰਡੋ। ਉਹਨਾਂ ਸਿੱਧਾਂ ਨੇ ਚਾਲ ਖੇਡੀ, ਬਾਬੇ ਨਾਨਕ ਨੂੰ ਇੱਕ ਤਿਲ ਲਿਆ ਕੇ ਦੇ ਦਿੱਤਾ, ਕਿਹਾ ਬਾਬਾ ਇਹ ਤਿਲ ਲੈ, 84 ਬੰਦੇ ਅਸੀਂ ਬੈਠੇ ਹਾਂ, ਦੋ ਤੁਸੀਂ ਹੋ, 86 ਬੰਦੇ ਆਪਾਂ ਬੈਠੇ ਹਾਂ, ਆ ਜਰਾ ਜਿਹਾ ਤਿਲ ਹੁਣ ਕਿਰਪਾ ਕਰਕੇ ਵੰਡ ਕੇ ਦਿਖਾਓ, ਤੁਸੀਂ ਵੰਡ ਛਕੋ ਦੀ ਗੱਲ ਕਰਦੇ ਪਏ ਹੋ। ਬਾਬੇ ਨਾਨਕ ਨੇ ਕਿਹਾ ਮਰਦਾਨਿਆ, ਭਾਂਡਾ ਭਰ ਕੇ ਇਹਨਾਂ ਦੀ ਕੁੰਡੀ ਵਿੱਚ ਪਾਣੀ ਤੇ ਪਾ ਦੇ। ਜਿਸ ਵੇਲੇ ਭਾਂਡਾ ਭਰ ਕੇ ਉਹਨਾਂ ਦੀ ਭੰਗ ਘੋਟਣ ਵਾਲੀ ਕੁੰਡੀ ਵਿੱਚ ਪਾਣੀ ਪਾਇਆ, ਉਹਨੂੰ ਭਰ ਦਿੱਤਾ ਬਾਬੇ ਨਾਨਕ ਨੇ, ਤੇ ਪਰਤ ਕੇ ਬਾਬੇ ਨੇ ਤਿਲ ਪਾ ਦਿੱਤਾ ਪਾਣੀ ਵਿੱਚ ਤੇ ਘੋਟ ਨੇ ਨਾਲ ਉਹਨੂੰ ਰਗੜ ਦਿੱਤਾ ਤੇ ਬਾਬੇ ਨੇ ਚੁੱਲੀ ਚੁੱਲੀ ਸਾਰਿਆਂ ਨੂੰ ਛਕਾ ਦਿੱਤਾ। ਬਾਬਾ ਨਾਨਕ ਬੋਲਿਆ, ਜੇ ਨੀਅਤ ਸਾਫ਼ ਹੋਏ ਤੇ ਤਿਲ ਵੀ ਵੰਡਿਆ ਜਾਂਦਾ ਜੀ। ਜੇ ਨੀਅਤ ਮੈਲੀ ਹੈ ਤੇ ਪਿਤਾ ਦੀ ਸਾਰੀ ਜਾਇਦਾਦ ਤੇ ਵੀ ਕਬਜ਼ਾ ਹੋਏਗਾ, ਜੇ ਨੀਅਤ ਸਾਫ਼ ਹੈ ਤੇ ਸੱਚ ਜਾਣੋ ਤਿਲ ਮਾਤਰ ਦਾਤ ਵੀ ਅਨੇਕਾਂ ਵਿੱਚ ਵੰਡੀ ਜਾਏਗੀ। ਤਾਂ ਹੀ ਤੇ ਬੁੱਲੇ ਨੇ ਸ਼ਬਦ ਕਹੇ ਸਨ, ਕਹਿੰਦੇ ਜੇ ਪਰਮਾਤਮਾ ਪੂਰਨ ਮਾਸੀਆਂ ਨਹਾ ਕੇ ਮਿਲਦਾ ਤੇ ਡੱਡੀਆਂ ਮੱਛੀਆਂ ਨੂੰ ਮਿਲ ਜਾਂਦਾ, ਉਹ ਤੇ ਰੋਜ਼ ਹੀ ਗੰਗਾ ਵਿੱਚ ਪਈਆਂ ਹੁੰਦੀਆਂ ਨੇ। ਜੇ ਪਰਮਾਤਮਾ ਚੁੱਪ ਰਿਹਾ ਮਿਲਦਾ, ਕਈ ਕੱਪੜਾ ਲਗਾ ਲੈਂਦੇ ਜੀ, ਸਾਡੇ ਬਾਬਾ ਜੀ ਬੋਲਦੇ ਨਹੀਂ। ਬਾਬਾ ਜੀ ਕਹਿੰਦੇ ਜਿਹੜੇ ਦਰਖਤ ਆਦਿਕ ਨੇ ਜਾਂ ਜਿਹੜੀਆਂ ਗਾਈਆਂ ਮੱਝਾਂ, ਇਹਨਾਂ ਕੋਲ ਕੋਈ ਅੱਖਰ ਨਹੀਂ, ਜੇ ਚੁੱਪ ਰਿਹਾ ਰੱਬ ਮਿਲਦਾ ਤੇ ਇਹਨਾਂ ਨੂੰ ਮਿਲ ਜਾਂਦਾ। ਫਿਰ ਬੁੱਲਾ ਇਹੀ ਤੇ ਕਹਿਣ ਲੱਗਾ, ਰੱਬ ਉਦੋਂ ਮਿਲੇਗਾ ਜਿਸ ਦਿਨ ਨੀਅਤ ਦਾ ਖੋਟ ਮੁੱਕ ਜਾਏਗਾ। ਉਹਨੇ ਸ਼ਬਦ ਕਿਹਾ ਕਿ ਜੇ ਰੱਬ ਮਿਲਦਾ ਨਹਾਤਿਆਂ, ਮਿਲਦਾ ਡੱਡੀਆਂ ਮੱਛੀਆਂ, ਜੇ ਰੱਬ ਮਿਲਦਾ ਮੋਨ ਧਾਰਿਆਂ, ਮਿਲਦਾ ਗਾਈਆਂ ਬੱਚੀਆਂ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਅਤਾਂ ਜਿਨ੍ਹਾਂ ਦੀਆਂ ਸੱਚੀਆਂ। ਬਸ ਇਸ ਘਰ ਵਿੱਚ ਇਹੀ ਕੰਮ ਹੁੰਦਾ ਜੇ ਗੁਰਮੁਖੋ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਬੰਦਾ ਤੇ ਉਹੀ ਸੀ, ਬਾਬੇ ਨਾਨਕ ਦੇ ਸਾਹਮਣੇ ਇੱਕ ਰਾਤ ਪਹਿਲਾਂ ਕਤਲ ਕੀਤਾ ਲੋਕਾਂ ਨੂੰ, ਅਗਲੇ ਦਿਨ ਬਾਬੇ ਨੇ ਸ਼ਬਦ ਗਾਇਆ ਤੇ ਉਹੀ ਠੱਗ ਪਰਤ ਕੇ ਸੱਜਣ ਬਣ ਗਿਆ। ਬੰਦਾ ਤੇ ਉਹੀ ਸੀ, ਬਸ ਅੰਦਰ ਦੀ ਬਿਰਤੀ ਨੂੰ ਬਦਲ ਕੇ ਰੱਖ ਦਿੱਤਾ। ਸੱਚ ਜਾਣਿਓ ਬਿਰਤੀ ਹੀ ਬਦਲੀ ਜਾਂਦੀ ਹੈ, ਬੰਦਾ ਸਾਧੂ ਵੀ ਉਹੀ ਹੈ ਤੇ ਬੰਦਾ ਚੋਰ ਵੀ ਉਹੀ ਹੈ। ਤੇ ਗੁਰੂ ਕੀ ਬਾਣੀ ਬਸ ਹਿਰਦੇ ਉੱਤੇ ਇਤਨਾ ਕੁ ਵਾਰ ਕਰਦੀ ਹੈ ਕਿ ਮਾਨੋ ਅੰਦਰ ਦੀਆਂ ਬੁਰਿਆਈਆਂ ਗੁਰੂ ਕੱਢ ਕੇ ਰੱਖ ਦਿੰਦਾ ਹੈ। ਤੀਜੀ ਉਦਾਸੀ ਬਾਬੇ ਨੇ ਮੱਕੇ ਮਦੀਨੇ ਦੀ ਧਰਤੀ ਤੇ ਕੀਤੀ, ਉਹਨਾਂ ਦੇ ਕਾਬਿਆਂ ਨੂੰ ਵੀ ਗੁਰੂ ਨੇ ਘੁਮਾ ਦਿੱਤਾ ਗੁਰਮੁਖੋ, ਤੇ ਇਹ ਦਰਸਾ ਦਿੱਤਾ ਕਿ ਪਰਮਾਤਮਾ ਨੂੰ ਇਕੱਲੇ ਪੱਛਮ ਵਿੱਚ ਨਾ ਕਹੋ, ਐਸਾ ਕੋਈ ਜ਼ਰਰਾ ਨਹੀਂ ਜਿੱਥੇ ਪਰਮਾਤਮਾ ਦਾ ਵਾਸ ਨਹੀਂ। ਤੇ ਉਸ ਵੇਲੇ ਫਿਰ ਦਸਤਗੀਰ ਫਕੀਰ ਨੇ ਪੁੱਛਿਆ ਸੀ, ਕਹਿੰਦੇ ਮੈਨੂੰ ਤਿੰਨ ਗੱਲਾਂ ਦਾ ਜਵਾਬ ਦਿਓ। ਬਾਬਾ ਨਾਨਕ ਜੀ ਥੱਲੇ ਉਹਦੇ ਚੇਲਿਆਂ ਨਾਲ ਬੈਠੇ ਨੇ, ਉੱਥੇ ਦਸਤਗੀਰ ਫਕੀਰ ਬੈਠਾ ਹੈ। ਉਹਨੇ ਕਿਹਾ ਮੈਨੂੰ ਜਵਾਬ ਦਿਓ ਤਿੰਨ ਗੱਲਾਂ ਦਾ। ਉਹਨਾਂ ਕਿਹਾ ਪੁੱਛੋ। ਕਹਿੰਦੇ ਅੱਲਾ ਪਰਮਾਤਮਾ ਹੈ ਤੇ ਦਿਖਦਾ ਕਿਉਂ ਨਹੀਂ? ਬਾਬੇ ਨਾਨਕ ਨੇ ਕਿਹਾ ਦੁੱਧ ਦਾ ਕਟੋਰਾ ਮੰਗਾਓ। ਦੁੱਧ ਦਾ ਕਟੋਰਾ ਮੰਗਾਇਆ ਤੇ ਉਹਨਾਂ ਸ਼ਬਦ ਕਿਹਾ ਇਹ ਕੀ ਹੈ? ਕਹਿੰਦੇ ਜੀ ਦੁੱਧ। ਕਹਿੰਦੇ ਇਹ ਚ ਵਿੱਚ ਮੱਖਣ ਹੈ ਕਿ ਨਹੀਂ? ਦਸਤਗੀਰ ਕਹਿਣ ਲੱਗਾ ਐਸਾ ਕੋਈ ਦੁੱਧ ਨਹੀਂ ਜਿਸ ਵਿੱਚ ਮੱਖਣ ਨਾ ਹੋਏ। ਬਾਬੇ ਨਾਨਕ ਨੇ ਕਿਹਾ ਤੇ ਦਿਖਦਾ ਤੇ ਹੈ ਨਹੀਂ? ਤੇ ਉਹਨਾਂ ਕਿਹਾ ਜੀ ਮੰਧਾਣੀ ਰਿੜਕਣੀ ਪਏਗੀ,
ਤਾਂ ਇਹ ਮੱਖਣ ਪ੍ਰਗਟ ਹੋਏਗਾ। ਬਾਬੇ ਨੇ ਸ਼ਬਦ ਕਿਹਾ, ਇਸੇ ਪ੍ਰਕਾਰ ਨਾਲ ਅੱਲਾ ਸਾਰਿਆਂ ਵਿੱਚ ਹੈ। ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਗੁਰੂ ਗੁਰੂ ਜਪੋਗੇ ਤੇ ਅੰਦਰੋਂ ਪ੍ਰਗਟ ਹੋਏਗਾ। ਤੇ ਦੂਜਾ ਸ਼ਬਾਲ ਜਿਹੜਾ ਕੀਤਾ ਉਸ ਦਸਤਗੀਰ ਨੇ, ਕਹਿੰਦੇ ਜੀ ਇੱਕ ਤੋਂ ਪਹਿਲਾਂ ਕੀ ਸੀ ਮੈਨੂੰ ਇਹ ਦੱਸੋ। ਬਾਬੇ ਨਾਨਕ ਨੇ ਕਿਹਾ, ਗਿਣਤੀ ਆਉਂਦੀ ਜੇ? ਕਹਿੰਦਾ ਜੀ ਆਉਂਦੀ ਹੈ, 1, 2, 3, 4, 5। ਬਾਬੇ ਨੇ ਕਿਹਾ, ਅਗਾਂਹ ਨੂੰ ਨਹੀਂ ਪਿਛਾਂਹ ਨੂੰ ਚਲੋ। ਜਿਸ ਵੇਲੇ ਕਿਹਾ 5, 4, 3, 2, 1, ਬਾਬੇ ਨੇ ਕਿਹਾ ਹੋਰ ਪਿਛਾਂਹ ਨੂੰ? ਕਹਿੰਦਾ ਜੀ ਹੋਰ ਕਿੱਥੇ ਆਈਏ, ਇੱਕ ਗਿਣਤੀ ਤੋਂ ਪਹਿਲਾਂ ਕੁਝ ਨਹੀਂ। ਬਾਬੇ ਨੇ ਕਿਹਾ, ਦਸਤਗੀਰ ਜੀ ਸਵਾਲ ਬੜਾ ਵੱਡਾ ਕਰ ਦਿੱਤਾ ਜੇ, ਜੇ ਅੱਖਰਾਂ ਦੀ ਗਿਣਤੀ ਇੱਕ ਤੋਂ ਪਹਿਲਾਂ ਕੁਝ ਨਹੀਂ ਤੇ ਇੱਕ ਅੱਲਾ ਤੋਂ ਪਹਿਲਾਂ ਵੀ ਕੁਝ ਨਹੀਂ ਹੈ, ਉਹੀ ਵਸਿਆ ਹੋਇਆ ਹੈ। ਤੇ ਤੀਜਾ ਸਵਾਲ ਦਸਤਗੀਰ ਨੇ ਆਪਣੇ ਆਸਣ ਉੱਚੇ ਬੈਠੇ ਤੋਂ ਕੀਤਾ, ਕਹਿੰਦੇ ਬਾਬਾ ਨਾਨਕ ਇਹ ਦੱਸੋ ਕਿ ਪਰਮਾਤਮਾ ਅੱਲਾ ਹੈ ਤੇ ਕਰਦਾ ਕੀ ਜੇ, ਇਹ ਦੱਸੋ ਬਸ ਕਰਦਾ ਕੀ ਹੈ। ਬਾਬੇ ਨੇ ਕਿਹਾ, ਦਸਤਗੀਰ ਜੀ ਉੱਚੇ ਬੈਠੇ ਹੀ ਪੁੱਛੀ ਜਾਓਗੇ, ਥੱਲੇ ਆ ਕੇ ਵੀ ਪੁੱਛੋਗੇ। ਜਿਸ ਵੇਲੇ ਦਸਤਗੀਰ ਉਤਰ ਕੇ ਥੱਲੇ ਆਇਆ, ਬਾਬਾ ਨਾਨਕ ਜੀ ਭੱਜ ਕੇ ਆਸਣ ਤੇ ਚੜ ਗਏ। ਕਹਿੰਦੇ ਬਸ ਪਰਮਾਤਮਾ ਇਹੀ ਕਰਦਾ ਜੇ, ਜਿਨ੍ਹਾਂ ਨੂੰ ਮਾਣ ਹੋ ਜੇ ਉਹਨਾਂ ਨੂੰ ਥੱਲੇ ਕਰ ਦਿੰਦਾ ਜੇ, ਜਿਹੜੇ ਬੇਨਤੀਆਂ ਕਰਦੇ ਨੇ ਉਹਨਾਂ ਨੂੰ ਥੱਲੇ ਚੁੱਕੋ ਉੱਤੇ ਬਣਾ ਦਿੰਦਾ ਜੇ, ਬਸ ਨੀਚੋਂ ਊਚ ਕਰੇ ਮੇਰਾ ਗੋਬਿੰਦ। ਇਸ ਕਰਕੇ ਬਾਬੇ ਨੇ ਜਦੋਂ 3 ਉਦਾਸੀਆਂ ਕੀਤੀਆਂ, ਛੋਟੀ ਉਦਾਸੀ ਅਚਲ ਬਟਾਲੇ ਦੀ ਕੀਤੀ, ਗੁਰਮੁਖੋ ਗੁਰੂ ਨਾਨਕ ਬਾਬਾ ਜੀ ਨੇ ਸੱਚਾ ਸੁੱਚਾ ਪ੍ਰਚਾਰ ਕੀਤਾ, ਕਿਤੇ ਬਾਬੇ ਨੇ ਆਪਣੀਆਂ ਪੂਜਾ ਨਹੀਂ ਕਰਾਈਆਂ, ਪਰ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ, ਧੰਨ ਧੰਨ ਬਾਬਾ ਨਾਨਕ ਜੀ ਨੇ ਉਹ ਅਗੰਮੀ ਖੇਡ ਤੇ ਗੁਰਤਾ ਗੱਦੀ ਦੀ ਮਾਨੋ ਆਰੰਭਤਾ ਕਰ ਦਿੱਤੀ। ਅੱਜ ਤੱਕ ਹੀ ਨਹੀਂ, ਦੁਨੀਆ ਜਦੋਂ ਤੀਕਰ ਰਹੇਗੀ, ਗੁਰੂ ਨਾਨਕ ਦੇ ਲੰਗਰ ਕਦੇ ਨਹੀਂ ਮੁੱਕਣਗੇ। ਨੋਟਬੰਦੀਆਂ ਪਿੱਛੇ ਹੋਈਆਂ, ਜਿਨ੍ਹਾਂ ਲੋਕਾਂ ਦੇ 50-50 ਟਰੱਕ ਵੀ ਚੱਲਦੇ ਸਨ ਨਾ, ਉਹ ਲੋਕ ਵੀ ਵਿਚਾਰੇ ਉਧਾਰ ਲੈਣ ਤੇ ਮਜਬੂਰ ਹੋ ਗਏ। ਜਿਨ੍ਹਾਂ ਲੋਕਾਂ ਦੀਆਂ ਦੁਕਾਨਾਂ ਚੱਲਦੀਆਂ ਸਨ ਉਹ ਵੀ ਮਜਬੂਰ ਹੋ ਗਏ ਕਿ ਅਸੀਂ ਥੋੜਾ ਖਰਚਾ ਕਰੀਏ, ਪਰ ਗੁਰਦੁਆਰੇ ਕਦੇ ਬੰਦ ਨਹੀਂ ਹੋਏ ਗੁਰਮੁਖੋ। ਭਾਵੇਂ ਉੱਥੇ 4 ਕੁਇੰਟਲ ਆਟਾ ਪਹਿਲਾਂ ਪੱਕਦਾ ਸੀ, ਨੋਟਬੰਦੀ ਵਿੱਚ 8 ਕੁਇੰਟਲ ਹੋ ਗਿਆ, ਪਰ ਗੁਰੂ ਨਾਨਕ ਦੇ ਲੰਗਰਾਂ ਵਿੱਚ ਕਦੇ ਤੋਟੇ ਨਹੀਂ ਆਏ, ਕਿਉਂਕਿ ਜਿੱਥੇ ਗੁਰੂ ਨਾਨਕ ਵੀਆਂ ਦਾ ਲੰਗਰ ਚਲਾ ਜਾਏ ਫਿਰ ਇੱਥੇ ਕੀ ਤੇ ਪਰਦੇਸ ਕੀ, ਸਾਰੀਆਂ ਥਾਵਾਂ ਤੇ ਗੁਰੂ ਨਾਨਕ ਕੀ ਜੈ ਜੈਕਾਰ ਹੈ। ਮਹਾਰਾਜ ਕਿਰਪਾ ਕਰਨ, ਐਸੇ ਅਗੰਮੀ ਪੁਰਖ ਧੰਨ ਧੰਨ ਬਾਬਾ ਨਾਨਕ ਜੀ ਦਾ ਆਗਮਨ ਦਿਹਾੜਾ ਆ ਪਿਆਰੀਆਂ ਸੰਗਤਾਂ ਬੜੇ ਪ੍ਰੇਮ ਅਤੇ ਸਤਿਕਾਰ ਨਾਲ ਮਨਾ ਰਹੇ ਹੋ। ਆਪ ਸਮੂਹ ਗੁਰੂ ਪਿਆਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਟਿਕਾ ਬਖਸ਼ਿਆ। ਗੁਰਮੁਖ ਪਿਆਰੇ ਪ੍ਰਧਾਨ ਸਾਹਿਬਾਨ, ਸਕੱਤਰ ਸਾਹਿਬਾਨ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਅਥਾਹ ਮਾਣ ਬਖਸ਼ਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਨਿਮਾਣੇ ਉੱਤੇ ਕਿਰਪਾ ਕੀਤੀ ਜੀ। ਹੋਈਆਂ ਭੁੱਲਾਂ ਦੀ ਖਿਮਾ, ਪ੍ਰੇਮ ਸਹਿਤ ਗੁਰਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।